फोन करके कामवाली नूं बुलाया जी, तुसी चाह पानी पियो, तद तक काका जी भी आ जांदे ने जी। मुंडे नूं आउण विच होर किन्नी कु देर लगूगी? बस जी मसां 5 मिंट। ऑफिस चों निकलिया सी, दरअसल उहदा बॉस डिग पिया। खिचो साड़ी तुम्हें मैं दस फटो चलो चलो सो सारे साड़ी दे। लो भैन जी वो आ गई तुहाडी काम वाली। हाँ दसो की एमरजेंसी पै गई सी? भैन जी बड़ी मूँह फट है तुहाडी काम वाली। काम वाली नहीं जी, दरअसल यही काका जी ने। है? है? ये काका जी? हाँ जी। चलो चलो जी, ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਆਏ ਸੀ, ਕੁੜੀ ਦੇਖਣ ਨਹੀਂ ਸੀ ਆਏ। ਚਲੋ ਇੱਕ ਮਿੰਟ ਸਰਦਾਰ ਸਾਹਿਬ। ਭੈਣ ਜੀ ਮੈਨੂੰ ਇਹ ਦੱਸੋ ਕਿ ਇਹੋ ਜੀ ਕਿਹੜੇ ਸਟੇਟ ਦੀ ਪੁਲਿਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾੜੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ? ਆ ਚਲੋ ਚਲੋ ਇੱਕ ਮਿੰਟ ਭਾਜੀ, ਇਹਦੇ ਵਾਸਤੇ ਮੁੰਡਾ ਲੱਭੋ। ਹਾਂ ਦੱਸੋ ਕਿਉਂ ਬੁਲਾਇਆ ਸੀ? ਉਧਰ ਮੈਂ ਨੱਕ ਵਢਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ। ਇੱਥੇ ਮੇਰਾ ਨੱਕ ਵਢਾਤਾ ਤੂੰ, ਉਹ ਤੈਨੂੰ ਵੇਖਣ ਆਏ ਸੀ। ਉਧਰ ਸਾਰਾ ਪਿੰਡ ਹੀ ਦੇਖਣ ਆਏ ਸੀ, ਉੱਥੇ ਹੀ ਲੈਣਾ ਸੀ ਇਹਨਾਂ ਨੂੰ। ਓਏ ਡਰਾਮੇ ਬਾਜਾ, ਉਹ ਤੇਰੇ ਰਿਸ਼ਤੇ ਲਈ ਆਏ ਸੀ। ਆ ਸਾੜੀ ਲਾ ਕੇ ਨਹੀਂ ਸੀ ਆਇਆ, ਮਰਿਆ ਜਾਂਦਾ ਤੈਥੋਂ। ਆਪੀ ਤਾਂ ਤਰਥੱਲੀ ਮਚਾਈ ਪਈ ਸੀ ਵੀ ਛੇਤੀ ਆ ਜਾ, ਤੁਹਾਨੂੰ ਤਾਂ ਪਤਾ ਹੀ ਹੈ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ। ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ, ਫੇਰ ਵੀ ਟਾਈਮ ਦਾ ਤਾਂ ਪਤਾ ਯੋਗ ਵੀ ਕਿੰਨਾ ਲੱਗਦਾ। ਮੈਂ ਇੱਕ ਮਾਰਨੀ ਕੰਤੇ ਘੁਕਾ ਕੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਾਈ ਹੋਈ ਹੈ ਨਾ। ਮੈਨੂੰ ਇਹ ਗੱਲ ਦੱਸ ਓਏ, ਰਾਮਲੀਲਾ 'ਚ ਤੈਨੂੰ ਸਿਰਫ ਇੱਕ ਇਹੀ ਰੋਲ ਮਿਲਦਾ ਕਰਨ ਨੂੰ? ਸਾਰਾ ਪਿੰਡ ਪਤਾ ਕੀ ਕਹਿੰਦਾ, ਮੇਰੇ ਨੈਣਾਂ 'ਚ ਸਰੂਪ ਨਖਾ ਨਾਲ ਮਿਲਦੇ ਨੇ। ਹਾਂ ਮਾਂ ਤੇਰੀ ਡੈਣ ਆ ਜਾਂ ਮੈਂ ਤੈਨੂੰ ਰਾਕਸ਼ਸ਼ ਲੱਗਦਾ। ਪਹਿਲਾਂ ਪਿੰਡ ਸਾਰੇ ਜਾਂਦਾ ਸਾਂ, ਲੋਕੀ ਕਹਿੰਦੇ ਸੀ ਗੁਰਜੀਤ ਸਿੰਘ ਸੰਧੂ ਜਾ ਰਿਹਾ, ਹੁਣ ਕਹਿੰਦੇ ਸਰੂਪ ਨਖਾ ਦਾ ਡੈਡੀ ਜਾ ਰਿਹਾ। ਗੱਲ ਸੁਣ ਲੈ ਮੇਰੀ, ਅੱਜ ਤੋਂ ਬਾਅਦ ਜੇ ਤੂੰ ਮੈਨੂੰ ਸਰੂਪ ਨਖਾ ਬਣਿਆ ਦਿਸ ਗਿਆ ਨਾ, ਲਕਸ਼ਮਣ ਨੇ ਤੇਰਾ ਨੱਕ ਬਾਅਦ 'ਚ ਵੱਢਣਾ, ਮੈਂ ਤੇਰਾ ਗੱਟਾ ਲਾ ਦੇਣਾ ਤੇਰਾ। ਸ਼ਾਬਾਸ਼ ਡੈਡੀ, ਤੂੰ ਨਾ ਹਿੰਦੂ ਸਿੱਖਾਂ ਨੂੰ ਇੱਕ ਹੋਣ ਦੇਈਂ। ਮੱਕ ਮਰੂ ਕੰਤੇ ਵਿਚਾਰਾ, ਤੇ ਤੇਰੇ ਦੂਜੇ ਦੋਸਤ ਨਾਲ ਕੀ ਕੁੱਤਖਾਨੀ ਹੁੰਦੀ ਹੈ? ਜਿੰਨੀ ਕੁੱਤਖਾਨੀ ਉਹਨਾਂ ਹੁੰਦੀ ਹੈ ਜੀ, ਰੱਬ ਕਿਸੇ ਨਾਲ ਨਾ ਕਰੇ। ਚੰਗਾ ਭਲਾ ਇੱਕ ਚੰਗੀ ਕੁੜੀ ਨਾਲ ਇਸ਼ਕ ਵੀ ਹੋ ਗਿਆ ਫੇਰ, ਪਰ ਵਿਆਹ ਨਹੀਂ ਹੋ ਸਕਿਆ। ਕਿਉਂ? ਜਵਾਕਾਂ ਕਰਕੇ ਮਾਂ ਪਿਓ ਨੂੰ ਲਾਂਤਾ ਪੈਂਦੇ ਤਾਂ ਸੁਣਿਆ ਸੀਗਾ। ਮੇਰੇ ਖਿਆਲ 'ਚ ਦੁਨੀਆ ਦਾ ਪਹਿਲਾ ਜਵਾਕ ਹੋਊ ਜਿਹਨੂੰ ਪਿਓ ਕਰਕੇ ਲਾਂਤਾ ਪੈਂਦੀਆਂ। ਸਤਿ ਸ਼੍ਰੀ ਅਕਾਲ ਲਾਲਾ ਜੀ। ਸਤਿ ਸ਼੍ਰੀ। ਉਹ ਤੁਹਾਡਾ ਤਾਂ ਬੁੜਾ ਮਰਿਆ ਸੀ, ਤੁਸੀਂ ਇੱਥੇ? ਸਾਡਾ ਬੁੜਾ ਤਾਂ ਮਰਿਆ ਹੀ ਨਹੀਂ, ਉਹ ਤਾਂ ਆਸਥਾ ਚੈਨਲ ਦੇਖ ਕੇ ਸਾਹ ਰੋਕ ਕੇ ਯੋਗਾ ਕਰ ਰਿਹਾ ਸੀ। ਉਹ ਅਸੀਂ ਸੋਚਿਆ ਕਿ ਚੜ੍ਹਾਈ ਕਰ ਗਿਆ, ਅਸੀਂ ਸੰਸਕਾਰ ਦਾ ਸਮਾਨ ਲੈ ਗਏ। ਹੁਣ ਆਪਣਾ ਸੰਸਕਾਰ ਦਾ ਸਮਾਨ ਲਾਓ ਤੇ ਸਾਡਾ 1000 ਰੁਪਇਆ ਮੋੜੋ। ਜੇ ਤੁਹਾਡਾ ਬੁੜਾ ਨਹੀਂ ਮਰਿਆ, ਇਹ 'ਚ ਮੇਰਾ ਕੀ ਕਸੂਰ ਹੈ? ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡਾ ਬੁੜਾ ਬਚ ਗਿਆ। ਤੁਸੀਂ 1000 ਰੁਪਏ ਨੂੰ ਰੋਈ ਜਾਂਦੇ ਹੋ, ਵਿਕਿਆ ਸਮਾਨ ਨਹੀਂ ਵਾਪਸ ਹੁੰਦਾ। ਓਏ ਅਸੀਂ 1000 ਰੁਪਏ ਨੂੰ ਨਹੀਂ ਰੋਂਦੇ, ਪਰ ਇਹ ਮਰਗ ਦਾ ਸਮਾਨ ਘਰੇ ਰੱਖ ਕੇ ਕਰਾਂਗੇ ਕੀ? ਗੱਲ ਤਾਂ ਤੁਹਾਡੀ ਠੀਕ ਹੈ ਯਾਰ। ਐ ਨਵਜੋਤ ਪੁੱਤ। ਹਾਂਜੀ ਅੰਕਲ ਜੀ। ਆਪਣੀ ਦਾਦੀ ਜੀ ਦਾ ਕੀ ਹਾਲ ਹੈ? ਕੀ ਦੱਸੇ ਅੰਕਲ ਜੀ, ਡਾਕਟਰ ਦਾ ਜਵਾਬ ਹੀ ਦਿੱਤਾ, ਕਹਿੰਦੇ ਘਰ ਲੈ ਜੋ, ਸੇਵਾ ਕਰ ਲੋ, ਅੱਜ ਗਈ ਤੇ ਕੱਲ ਗਈ। ਲੋ ਜੀ ਗੱਲ ਬਣ ਗਈ, ਇਹਦੀ ਦਾਦੀ ਜਾਣ ਵਾਲੀ ਹੈ। ਤੁਸੀਂ ਐ ਕਰੋ ਕਿ ਸਾਰਾ ਸੰਸਕਾਰ ਦਾ ਸਮਾਨ ਨਾ ਇਹਨੂੰ 50% ਡਿਸਕਾਊਂਟ ਤੇ ਦੇ ਦਿਓ, ਤੁਹਾਡਾ ਫਾਇਦਾ ਹੋ ਜੂ। ਜਾਓ 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 ਚੱਲੀਏ। ਆ ਭਾਜੀ ਸਾਨੂੰ ਨਾ ਤੁਹਾਡੀ ਦਾਦੀ ਜੀ ਬਾਰੇ ਪਤਾ ਲੱਗਾ ਹੈ, ਸਾਡੇ ਕੋਲ ਸੰਸਕਾਰ ਦਾ ਸਮਾਨ ਹੈ, 50% ਡਿਸਕਾਊਂਟ ਤੇ ਲੈ ਲਓ, ਨਾਲੇ ਤੁਹਾਨੂੰ ਫਾਇਦਾ ਹੋ ਜੂ। ਆ ਲਓ ਫੜੋ। ਕਰ ਜੋ ਸੋਹਣੇ, ਮੈਂ ਕਰਨਾ ਤੁਹਾਡਾ ਫਾਇਦਾ। ਜੇ ਮਰ ਜਾ ਫਸ ਜਾ। ਉਹ ਦੇਖੋ ਕਿਵੇਂ ਭੱਜ ਗਏ ਸਾਰੇ, ਮੈਨੂੰ ਸਮਾਨ ਵਾਪਸ ਕਰਨ ਆਏ ਸੀ। ਆ ਗਏ ਸੀ ਸਵੇਰੇ ਸਵੇਰੇ ਇੱਥੇ। ਉਹ ਬਾਪੂ ਕਿਉਂ ਮੇਰਾ ਪਿੰਡ 'ਚ ਜਲੂਸ ਕਰਾਉਣ ਲੱਗੇ ਆ? ਕਦੇ ਤਾਂ ਮੇਰੀ ਸਾਈਡ ਦੀ ਗੱਲ ਕਰਿਆ ਕਰ। ਕਾਹਦੀ ਸਾਈਡ? ਜਵਾਨ ਮੁੰਡਾ ਹੋ ਗਿਆ, ਪਿਓ ਨਾਲ ਦੁਕਾਨ ਤੇ ਬਹਿ, ਦੋਵੇਂ ਮਿਲ ਕੇ ਇਸ ਬਿਜ਼ਨਸ ਨੂੰ ਹੋਰ ਅੱਗੇ ਵਧਾਈਏ। ਉਹ ਇਹ ਵੀ ਸਾਲਾ ਕੋਈ ਕੰਮਾਂ 'ਚ ਕੰਮ ਆ, ਮਰਗ ਦਾ ਸਮਾਨ ਵਿੱਚੋਂ। ਉਹ ਪੁੱਤਰ ਇਸ ਬਿਜ਼ਨਸ ਤੋਂ 4 ਪੈਸੇ ਕਮਾਵਾਂਗੇ, ਕੱਲ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਹੈ। ਉਹ ਬਾਪੂ ਉਹ ਜਿਹੜੀ ਤੇਰੀ ਇੱਜ਼ਤ ਨਾ ਪਿੰਡ 'ਚ, ਤੈਨੂੰ ਕਿਸੇ ਨੇ ਧੀ ਦਾ ਕੀ, ਮਰੇ ਹੋਏ ਨੂੰ ਮੋਢਾ ਵੀ ਨਹੀਂ ਦੇਣਾ। ਅਗਲੇ ਮਹੀਨੇ ਮੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਨੇ, ਮਹੀਨੇ 'ਚ ਜਾਂ ਤੇ ਤੂੰ ਆਪਣੇ ਪਿਓ ਦਾ ਕੰਮ ਬਦਲ ਲੈ ਜਾਂ ਫਿਰ ਆਪਣਾ ਪਿਓ ਹੀ ਬਦਲ ਲੈ। ਤੂੰ ਟੈਨਸ਼ਨ ਕਿਉਂ ਲੈਣੀ ਆ? ਮੈਂ ਕਹਿਤਾ ਬਾਪੂ ਨੂੰ, ਉਹ ਆਪਣਾ ਆਰਥੀਆਂ ਦਾ ਕੰਮ ਬਦਲ ਲੈਣਗੇ। ਤੇ ਫੇਰ ਕੀ ਕਰਨਗੇ? ਗੰਨੇ ਦੇ ਜੂਸ ਦੀ ਰੇੜੀ ਲਾ ਲੈਣਗੇ। ਤੇ ਤੁਸੀਂ ਕੀ ਕਰਨਾ? ਹੁਣ ਬਾਪੂ ਥੋੜਾ ਨਾ ਇਸ ਉਮਰ 'ਚ ਮਸ਼ੀਨ 'ਚ ਗੰਨੇ ਦਊਗਾ, ਉਹ ਤਾਂ ਮੈਨੂੰ ਦੇਣੇ ਪੈਣੇ ਆ। ਸ਼ਾਬਾਸ਼ MBA, ਤੂੰ ਗੰਨਿਆਂ ਦਾ ਜੂਸ ਕੱਢਣ ਲਈ ਕੀਤੀ ਹੈ? ਓ ਹੈਲੋ, MBA ਨਹੀਂ, BA, ਕੱਲੀ BA ਕੀਤੀ ਹੈ ਮੈਂ। ਹਾਂ ਹਾਂ, ਪਰ ਡੈਡੀ ਨੂੰ MBA ਹੀ ਦੱਸਣਾ ਹੈ। ਮੇਰੇ ਭਾਣੇ ਸਾਇੰਟਿਸਟ ਦੱਸਦੀ, ਪਰ ਗੰਨੇ ਦਾ ਜੂਸ ਕੱਢਣ ਦੇ। ਕਿਉਂ? ਮੇਰਾ ਪਿਓ ਨਾ ਪੁੱਛੋ ਮੈਨੂੰ ਕਿ ਇਹ ਕਿਹੜਾ ਸਾਇੰਟਿਸਟ ਜਿਹੜਾ ਗੰਨਿਆਂ ਦਾ ਜੂਸ ਕੱਢਦਾ ਹੈ। ਦੱਸ, ਤੇਰੇ ਡੈਡੀ ਨੇ ਗਾਣਾ ਨਹੀਂ ਸੁਣਿਆ? ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਜਸ, ਤੂੰ ਜਿਸ ਗਾਣੇ ਬਾਰੇ ਗੱਲ ਕਰ ਰਿਹਾ ਨਾ, ਵਿਆਹ ਤੋਂ ਬਾਅਦ ਤੇਰੇ ਤੋਂ ਇਸ ਗਾਣੇ ਦੀ CD ਵੀ ਨਹੀਂ ਲਈ ਜਾਣੀ, ਨਾਲੇ ਤੂੰ ਦੂਜੇ ਖਰਚੇ ਕਿੱਥੋਂ ਕੱਢਣੇ ਨੇ? ਦੇਖ ਜਸ, ਮੈਂ ਬਹੁਤ ਤੇ ਨਹੀਂ ਪਰ ਥੋੜੀ ਇਮੋਸ਼ਨਲ ਕੁੜੀ ਆ,
ਵਿਆਹ ਤੋਂ ਬਾਅਦ ਤੇਰੇ ਤੋਂ ਰਿਸ਼ਤਾ ਤੋੜਾਂ, ਇਸ ਤੋਂ ਚੰਗਾ ਕਿ ਮੈਂ ਅੱਜ ਹੀ ਤੇਰਾ ਦਿਲ ਤੋੜਦਾ। ਤੇਰੇ ਕੋਲ ਮਹੀਨੇ ਦਾ ਟਾਈਮ ਹੈ, ਜਾਂ ਤਾਂ ਤੂੰ ਕੋਈ ਚੱਜ ਦੀ ਨੌਕਰੀ ਲੱਭ ਲੈ ਜਾਂ ਫਿਰ ਕਿਸੇ ਚੰਗੇ ਬ੍ਰਾਂਡ ਦੀ ਪੀਆ ਕਰੀ। ਦਿਲ ਤੇ ਟੁੱਟਣਾ ਹੀ ਟੁੱਟਣਾ, ਘੱਟੋ ਘੱਟ ਆਪਣੀ ਕਿਡਨੀਆਂ ਤਾਂ ਬਚਾ ਲਈ। ਮੈਨੂੰ ਤਾਂ ਮੇਰੀ ਲਾਡੀ ਨੇ ਵੀ ਅਲਟੀਮੇਟਮ ਦਿੱਤਾ, ਕਹਿੰਦੀ ਇੱਕ ਮਹੀਨੇ ਦੀ ਜ਼ਿਆਦਾ ਨੌਕਰੀ ਲੱਭ ਲਾ, ਨਹੀਂ ਫਿਰ ਉਹ ਵੀ ਨਹੀਂ ਲੱਭਣੀ ਬਾਈ। ਲੱਭਣੀ ਕਹਾਂ, ਜਵਾ ਕੇ ਕਿਹੜੀ ਖੋਜੂਗੀ ਸਾਲੇ। ਉਹ ਮੇਰਾ ਫਿਕਰ ਕਰੋ, ਇੱਧਰ ਜੇ ਬਾਪੂ ਨੇ ਮੇਰਾ ਐਕਟਿੰਗ ਵਾਲਾ ਕੀੜਾ ਨਾ ਕੱਢਣ ਦਿੱਤਾ ਨਾ, ਇਹ ਕੀੜਾ ਸਾਲਾ ਸਿਉਂਕ ਵਾਂਗੂ ਮੈਨੂੰ ਅੰਦਰੋਂ ਅੰਦਰ ਹੀ ਖਾਜੂ। ਇੱਕ ਦਿਨ ਜੱਟ ਖੜਾ ਖੜਾ ਐਂ ਡਿੱਗੂ ਜਿਵੇਂ ਸਿਉਂਕ ਲੱਗੀ ਬਾਲਿਆਂ ਵਾਲੀ ਛੱਤ ਡਿੱਗਦੀ ਹੁੰਦੀ ਹੈ ਸਾਲੀ। ਅਤੇ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ, ਫਿਰ ਇਹਦੇ ਵਾਲੇ ਬਾਲਿਆਂ ਨਾਲ ਚੱਕ ਕੇ ਮੈਨੂੰ ਸਾੜ ਦਿਓ। ਕਿਉਂ ਬਾਲੇ ਨੂੰ ਹੱਥ ਲਾ ਕੇ ਦਿਖਾਈ, ਲੱਕੜ ਪਤਾ ਸਾਲਿਆ ਕਿੰਨੀ ਮਹਿੰਗੀ ਹੈ। ਓ ਸਾਲਿਓ, ਤੁਸੀਂ ਆਪਣੇ ਹਾਲਾਤਾਂ ਨੂੰ ਲੈ ਕੇ ਰੋਂਦੇ ਰਹੋ, ਕਦੀ ਇਹਨਾਂ ਨਾਲ ਲੜਿਓ ਨਾ। ਲੜਾਂਗੇ ਲੜਾਂਗੇ ਬਾਈ। ਜਵਾਨ ਮੁੰਡਾ ਸਾੜੀਆਂ ਲਾਲਾ ਪਿੰਡ ਚ ਘੁੰਮੇ ਹੈ। ਓਏ ਆਸ਼ਕਾ, ਓਏ ਦੇਖ ਬਾਈ, ਜ਼ਿੰਦਗੀ ਚ ਚੰਗੀ ਕੁੜੀ ਦਾ ਸਾਥ ਮਿਲਣਾ ਬਹੁਤ ਔਖਾ, ਤੇ ਜੇ ਮਿਲਿਆ ਨਾ ਸਿਰਫ ਇਸ ਕਰਕੇ ਨਾ ਗਵਾ ਲਈ ਕਿ ਤੂੰ ਸੈਟਲ ਨੀ ਹੈਗਾ। ਹਾਂ ਵੇਲਾ ਭਾਵੇਂ ਸੌਣਦਾ, ਪਰ ਆਪਣੇ ਸੁੱਤੇ ਹੋਏ ਜ਼ਮੀਨ ਨੂੰ ਜਗਾਉਣਾ ਪਊ, ਨਹੀਂ ਤਾਂ ਫਿਰ ਦੇਰ ਹੋਜੂ। ਪਰ ਅਸੀਂ ਕਰੀਏ ਕੀ, ਦਿਖਾ ਦੋ ਦੁਨੀਆਂ ਨੂੰ। ਜਿੰਨੇ ਨਲਾਇਕ ਤੁਸੀਂ ਦੋਵੇਂ ਦੇਖਦੇ ਹੋ, ਓਨੇ ਹੈ ਨਹੀਂ। ਓ ਵਾ ਓ ਬਾਲੀ ਵੀਰੇ, ਆਈ ਐਮ ਸੋ ਹੈਪੀ। ਤੂੰ ਸ਼ਹਿਰ ਚੱਲਿਆ? ਸ਼ਹਿਰ ਰਹਿਣ ਚੱਲਿਆ? ਆਹੋ, ਇੱਥੇ ਤੁਸੀਂ ਮੈਨੂੰ ਐਕਟਿੰਗ ਤਾਂ ਕਰਨ ਨਹੀਂ ਦਿੰਦੇ, ਸ਼ਹਿਰ ਜਾ ਕੇ ਮੈਂ ਧਰਮਿੰਦਰ ਬਣੂੰਗਾ। ਓ ਇੱਥੇ ਮੇਰੀ ਨੱਕ ਵਢਾਈ ਜਾਂਦਾ, ਸ਼ਹਿਰ ਜਾ ਕੇ ਹੁਣ ਧਰਮਿੰਦਰ ਦੀ ਵਢਾਏਗਾ, ਇੱਕ ਮਾਰੂ ਕੰਤੇ। ਜੱਸ, ਤੈਨੂੰ ਪਤਾ ਹੈ ਨਾ ਤੇਰੇ ਕੋਲ ਸਿਰਫ 25 ਦਿਨਾਂ ਦਾ ਟਾਈਮ ਹੈ, ਨਹੀਂ ਤਾਂ ਡੈਡੀ ਨੇ ਮੇਰਾ ਵਿਆਹ ਨਾ ਕਿਤੇ ਹੋਰ ਕਰ ਦੇਣਾ, ਤੇ ਤੂੰ ਜਾਣਦਾ ਹੈ ਨਾ ਮੈਂ ਤੈਨੂੰ ਬਿਲਕੁਲ ਵੀ ਗਵਾਉਣਾ ਨਹੀਂ ਚਾਹੁੰਦੀ। ਉਹ ਤੂੰ ਟੈਨਸ਼ਨ ਕਿਉਂ ਲੈਣੀ ਆ, 25 ਦਿਨਾਂ ਦੇ ਵਿੱਚ ਵਿੱਚ ਤੈਨੂੰ ਨੌਕਰੀ ਦਾ ਮੈਂ ਲੈ ਕੇ ਦਿਖਾਉਂ। ਜਾ ਮਰ ਸ਼ਹਿਰ ਜਾ ਕੇ। ਮੇਰਾ ਦੂਜਾ ਬੈਗ ਵੀ ਸਿੱਟੋ, ਕੱਪੜੇ ਸਾਰੇ ਇਹਦੇ ਚ ਲੈ ਚੱਲੇ, ਉਹਦੇ ਚ ਕੀ ਆ ਹੁਣ ਮੇਰੀਆਂ ਸਾੜੀਆਂ। ਫੜੇ ਮੂੰ ਤੇਰਾ, ਆਪਣਾ ਖਿਆਲ ਰੱਖੀ। ਖਾਣਾ ਟਾਈਮ ਨਾਲ ਖਾ ਲਿਆ ਕਰੋ, ਤੇ ਇਸ ਡਿਪਟੀ ਤੋਂ ਨਾ ਥੋੜਾ ਦੂਰ ਹੀ ਰਹੋ। ਤੂੰ ਬੜਾ ਮਾਰਾ ਆ ਕੇ ਲੱਗ ਲੋ ਪੜਾ ਪੜਾ ਓਏ ਡਿਪਟੀ ਜੀ। ਸਤਿ ਸ਼੍ਰੀ ਅਕਾਲ। ਓਏ ਸਾਰੀਆਂ ਜਿੰਸਾਂ ਕਿੱਥੋਂ ਆ ਗਈਆਂ? ਆ ਫਿਰ ਕਿੰਨੇ ਦਿਨ ਆਏ ਹੋ ਸ਼ਹਿਰ? ਜਿੰਨੇ ਚਿਰ ਚਾਰ ਬੰਦੇ ਸਾਨੂੰ ਮੋਢਿਆਂ ਤੇ ਨਹੀਂ ਚੱਕ ਲੈਂਦੇ। ਓਹੋ, ਵੱਡੀ ਕਾਮਯਾਬੀ ਸੋਚ ਕੇ ਆਇਓ ਹੈ। ਓ ਮੈਂ ਜਨਾਜ਼ੇ ਦੀ ਗੱਲ ਕਰ ਰਿਹਾ। ਪਰ ਰਹੋਗੇ ਕਿੱਥੇ? ਓ ਭਰਾਵਾ, ਉਹ ਤੂੰ ਤਾਂ ਸਾਡੇ ਸੁੱਤੇ ਜ਼ਮੀਰ ਜਗਾ ਕੇ ਆਇਆ, ਸੌਵਾਂਗੇ ਤਾਂ ਤੇਰੇ ਕੋਲ ਹੀ। ਓ ਬਾਈ, ਮੈਂ ਤਾਂ ਆਪ ਪੋਲਟਰੀ ਫਾਰਮ ਚ ਸੌਣਾ, ਤੁਹਾਨੂੰ ਕਿੱਥੇ ਰੱਖ ਲਓ? ਤੂੰ ਟੈਨਸ਼ਨ ਨਾ ਲੈ, ਅਸੀਂ ਇਹ ਮੁਰਗੀਆਂ ਨਾਲ ਹੀ ਐਡਜਸਟ ਕਰ ਲਾਂਗੇ, ਇਹਨਾਂ ਨਾਲ ਹੀ ਸੌ ਜਾਵਾਂਗੇ। ਓ ਨਹੀਂ ਯਾਰ, ਉਹ ਕਿਧਰੇ ਨਹੀਂ ਤੇਰੀਆਂ ਮੁਰਗੀਆਂ ਖਾਂਦੇ, ਅਸੀਂ ਤਾਂ ਵੈਸੇ ਵੀ ਕੱਲ ਤੋਂ ਵੈਜੀਟੇਰੀਅਨ ਹੋ ਗਏ ਆ। ਉਹ ਗੱਲ ਉਹ ਨਹੀਂ ਆ ਯਾਰ, ਤੁੰਜਾ ਮਾਰਦੀਆਂ। ਓ ਜਿੰਨੀਆਂ ਫੁਕਰੀਆਂ ਅਸੀਂ ਪਿੰਡ ਮਾਰ ਕੇ ਆਏ ਨਾ, ਲੋਕਾਂ ਨੇ ਸਾਨੂੰ ਮਿਹਣੇ ਮਾਰ ਮਾਰ ਕੇ ਮਾਰ ਦੇਣਾ। ਦੇਖੇ ਗੱਲ ਤਾਂ ਪੱਕੀ ਹੈ, ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਸੈੱਟ ਨਹੀਂ ਹੁੰਦੇ ਨਾ, ਪਿੰਡ ਤਾਂ ਜਾਣੋ ਰਹੇ। ਪਿੰਡ ਤਾਂ ਹੁਣ ਸਾਡੀਆਂ ਲਾਸ਼ਾਂ ਹੀ ਜਾਣਗੀਆਂ। ਨਹੀਂ, ਉਹ ਵੀ ਇੱਥੇ ਮੁਰਗੀਆਂ ਚੀੜੀਆਂ ਸੁਣਗੀਆਂ। ਬਸ ਵੀਰ ਜੀ, ਐਡਜਸਟ ਤਾਂ ਤੁਹਾਨੂੰ ਨਹੀਂ ਕਰਨਾ ਪੈਣਾ, ਪਲੀਜ਼ ਕਰ ਲਓ ਪਾਲੀ। ਵੀਰ ਜੀ ਐਡਜਸਟ ਕਰੋ, ਕਰ ਲਓ ਐਡਜਸਟ ਵੀਰ ਜੀ, ਪਾਲੀ ਵੀਰ ਜੀ ਕਰ ਲਓ ਐਡਜਸਟ, ਕਰ ਲਓ ਯਾਰ ਕਰ ਲਓ। ਅੱਛਾ ਅੱਛਾ, ਤੁਹਾਨੂੰ ਇੱਕ ਬੰਦੇ ਨਾਲ ਰੱਖਿਆ ਜਾ ਸਕਦਾ। ਉਹ ਕੌਣ ਹੈ? ਮੇਰਾ ਸਟਾਰ ਯਾਰ ਬੱਬੂ ਮਾਨ। ਉਹ ਨਹੀਂ, ਬੱਬੂ ਕੀਰਤਪੁਰੀਆ। ਬੱਬੂ ਕੀਰਤਪੁਰੀਆ? ਤੈਨੂੰ ਹਲੇ ਕੋਈ ਨੀ ਪੁੱਛਦਾ, ਜਿੱਦਣ ਚੱਲੇਗਾ ਨਾ ਉਦਣ ਮੰਗੀ ਪੈਸੇ। ਚੱਲ ਅਖਾੜੇ ਕੱਲ ਨੂੰ ਤੂੰ ਹੀ ਲਾਣੇ ਮੇਰੇ ਆ ਵੀਡੀਓ ਤੋਂ ਬਾਅਦ। ਓ ਵਾਹ, ਓ ਰੱਬਾ, ਓ ਬੱਬੂ ਬਾਈ, ਓ ਪਾਲੀ ਤੂੰ ਵਧੀਆ ਯਾਰ, ਤੂੰ ਦੱਸ ਕਿੱਦਾਂ? ਓ ਬਾਈ ਆਪਣੇ ਪਿੰਡੋਂ ਦੋਸਤ ਆਇਆ, ਆ ਡਿਪਟੀ ਬਾਈ ਅੱਜ ਸਸਿਕਲ ਬਾਈ ਜੀ ਬਾਈ, ਇਹਨਾਂ ਨੂੰ ਘਰ ਚਾਹੀਦਾ ਰਹਿਣ ਨੂੰ, ਤੇਰੀ ਤਾਂ ਬਾਲੀ ਚੜਾਈ ਆ ਯਾਰ। ਓ ਬਸ ਯਾਰ, ਕਦੇ ਮਾਣ ਜੇ ਨਹੀਂ ਕੀਤਾ। ਭਾਜੀ ਇੱਥੇ ਸਾਈਨ ਕਰ ਦੋ। ਓ ਯਾਰ ਮੈਂ ਗੱਲ ਕਰਦਾ, ਠਹਿਰ ਕੇ ਆਈ ਆਟੋਗ੍ਰਾਫ ਲਈ। ਚੰਗਾ। ਓ ਹੈਲੋ, ਆਟੋਗ੍ਰਾਫ ਗਿਆ ਖੂਚ, ਮੈਂ ਅਕਾਊਂਟੈਂਟ ਆ, ਆ ਜਿਹੜਾ 500 ਰੁਪਏ ਲੈਣਾ, ਇਹਦੀ ਰਸੀਦ ਚਾਹੀਦੀ ਹੈ, ਘੁੱਗੀ ਮਾਰ ਇੱਥੇ। ਓ
कोई ना अपनी है सारे कोई ना ओ कानू यार म्यूजिक टीचर की नौकरी लभदा नाल दी नाल जिद्दण मिल गई ना फिर साला मर्जी का कम करया करना खैर हो घर दी गल करदे सी ना आपां जिथे मैं रहना वो चलू घर भाई चलू थोड़े थले असी बिस्तरा डा के बजा करेंगे ओ भाई मैं तो आप पुंजे सोना उदों थले किथे बिस्तरा डालेगा अच्छा मेरा मकान मालिक 1500 रुपया लेंदा मेथों कल्ले कल्ले दा 1500 दे के रही जावांगे ठीक है ठीक सालिया की ठीक है मेरे को किथे 1500 रुपया मेरे तो बस दी टिकट भी डिप्टी ने लई ओए ओ तो मैं तेनु झूठ बोलया सी भी ले ली ऊ सालिया तू बदौ टिकट आया साडे कोले तां रला मिला के 500-700 रुपये है बस जे वीर जी तुसी इदां कर लो इस महीने दा किराया तुसी दे दो जदों असी काम ते लागे तां मोड़ दांगे हां ओ भाई मैं तां 500-500 रुपये पिछे धक्के खांदा फिरदा यार 4500 रुपया दस कित्थों दूंगा ओ बाला माड़ा हाल इहनां दा तां यार कम की करदा तू वीरे मैं ही आहो इहने बहुत छेती क्लक लग जाणा ਇਹਦਾ ਨੀ ਬਾਈ ਮੈਂ ਤੇਰਾ ਪੁੱਛਿਆ ਓ ਮੈਂ ਬਾਈ ਐਕਟਿੰਗ ਕਰਦਾ ਦੇਖ ਅੱਜ ਨਹੀਂ ਤਾਂ ਕੱਲ ਇਹਨੇ ਕਲਰਕ ਲੱਗ ਜਾਣਾ ਆਹ ਬਾਈ ਨੇ ਸਟਾਰ ਬਣ ਜਾਣਾ ਥੋੜਾ ਜਿਹਾ ਹੀਲਾ ਕਰ ਲਾ ਯਾਰ ਹੀਲਾ ਹਾਂ ਇੱਕ ਸਕੀਮ ਲੱਗ ਸਕਦੀ ਆ ਕਿਹੜੀ ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਹਾਂ ਦੱਸੋ ਕੀ ਕਹਿੰਦੇ ਹੋ ਹਾਂ ਠੀਕ ਆ ਉਹਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ ਨਾਲੇ ਪਾਲੀ ਜਦ ਰਹਿਣਾ ਹੀ ਮੁਫਤ ਹੋ ਗਿਆ ਬਾਈ ਤੂੰ ਵੀ ਨਾਲੇ ਚੱਲ ਚਲੋ ਫਿਰ ਸਟਾਰ ਸਾਹਿਬ ਚੱਕੋ ਭਰਾ ਸਾਲਾ ਕੁੱਤੇ ਤੋਂ ਬੜਾਤੇ ਸੀ ਚੁੱਪ ਕਰ ਓਏ ਓਏ ਮੇਰਾ ਮਕਾਨ ਮਾਲਕ ਸੁੱਤਾ ਪਿਆ ਮੈਂ ਉੱਤੇ ਜਾ ਕੇ ਲਾਈਟ ਮਚਾਉਣਾ ਤੁਸੀਂ ਬਾਰੀ ਰਾਹੀਂ ਆ ਜਾਓ ਓਕੇ ਠੀਕ ਆ अपनी बड़ी बड़ी आवाज रॉकस्टार बंदा मुंह बंद कर चलता रुक हट साला मैं ठेका खोलिया इधर कोल देखना जे होई बैठ बैठ रुक साले ने होटल ही बना रखा है उठो ए ओए उठो सवेर हो गई सो जा गां प्रभात फेरी ते जाने नाले आप मरोगे नाले हौलदार तो मेनू कटाओगे चल उठ ओ चल ऐ कर दूध नु बत्ती ला ले फिर सालिया नानके आया की फिर ऐ कर अपने वाली फ्रिज चो दो ग्लास पानी पी लेण दे ओ तू चुप कर कपड़े पाओ ते तुरदे बनो इथों ओए जद वीर जी कहंदे आ तां जाओ साला वीर जी दा साले आप तां खाएगा मेरे भी पोएगा नाले तत्तर हो जा अज 1500 रुपया इकट्ठा करना ही करना चाहे कहीं दी जेब कटनी पजे साले ने तंग कर ले आ टी-शर्ट फड़ाई मेनू इथों ओए ਆਦਾ ਬਹੁਤ ਡੂੰਗਾ ਓਏ 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 ਸਾਲੇ ਇਹ ਤੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ ਚੱਲ ਕਿਤੇ ਨੌਕਰੀ ਲੱਭ ਲੈਨੇ ਆ ਚੱਲ ਹਾ 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 ਓਹੋ ਹਾ 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 ਓਏ ਐਨੀ ਹੱਸਦਾ ਰਕਸ਼ਸ ਥੋੜਾ ਲਾਊਡ ਹਾ 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 ਓਫੋ ਕੋਈ ਨੂੰ ਦੱਸੇਗਾ ਕਿਵੇਂ ਹੱਸਦਾ ਹੈ Too good, Rakshash. Thank you, ji. बस कदे मान ही नहीं किया जी ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਾਕਸ਼ਸ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ ਓਹ ਮੇਰੇ ਡੈਡੀ ਦੱਸਦੇ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਉੱਤੇ ਹੀ ਟੱਪ ਗਏ ਸੀਗੇ ਜੀ ਹਾਂਜੀ ਇਹ ਤਾਂ ਕੁਝ ਵੀ ਨਹੀਂ ਜੀ ਲਾਸਟ ਈਅਰ ਮੈਨੂੰ ਬੈਸਟ ਰਾਕਸ਼ਸ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ ਓਹੋ ਰਾਕਸ਼ਸ ਜੀ ਰਾਕਸ਼ਸ ਨੂੰ ਡਿਪਟੀ ਕਹਿੰਦੇ ਆ ਓਏ ਮੋਟਰਸਾਈਕਲ ਲੈ ਕੇ ਆਇਆ ਆਹੋ ਚੱਲ ਫਿਰ ਗੇੜੀ ਮਾਰ ਕੇ ਆਈਏ ਹਾਂ ਚੱਲ ਚੱਲ ਆ ਚੱਲ ਫਿਰ आलो एडवांस 200 रुपए पर रिहर्सल ते 1000 रुपए पर शो कोई ना जी थोड़े करके कर लूंगा जी ਬੱਚਾ ਨਾ ਇੰਟਰੋਡਿਊਸ ਕਰਾਓ ਆਈ ਵਿਲ ਸੀ ਯੂ ਲੇਟਰ ਜੀ ਗੁੱਡ ਲੱਕ ਥੈਂਕ ਯੂ
आ जाओ थोड़ा इंट्रोडक्शन करा देनी है मेरे स्टूडेंट्स ना। हाँ जी। पूजा, मनप्रीत, शिवानी, प्रबलीन, गुरप्रीत। बाबूजी, कीरतपुरिया जी। अब जी। फिर तुसी कदों तो आ रहे हो? मेरा तां जी करदा मैं जावां ही ना। पर हुण ते क्लासेस खत्म होने वालियां ने। अच्छा जी। चलो फिर तो कल ही मिलते हैं। चंगा जी फिर। चंगा बच्चो, दिलों सत श्री अकाल है। लेट्स कंटिन्यू। यार बब्बू तो कहता सी हॉलदार अज नाइट ड्यूटी ते आ, अंदरों आवाजा जी कदी आई जांदियां ने। ओ भाई जुए हो गए। ओ यार कौन ता इहनू डिकी जावांगे, मैं तां कहना टाकी टप के अंदर चलदे आ, मैं सवेरे रैसल ते भी जाणा है। ओ साले चंगा तुहाडा जमीर जगाया, आपदा सोना भी औखा होया पिया। ओ भरावा कोई नौकरी लभ ला, घट्टो घट घर लैण जोगे तो होइए। यार अज धक्के खा के तो आया बई, टाइम तो लगूगा ही। ओ बई ओए, गैस वॉट की कहंदा, बट ते जाके सौ जाओ। नहीं ओए की होया? साले हो नौकरी मिल गई, नौकरी म्यूजिक टीचर दी, 8000 रुपया महीना। कल नु हुण तैनू भाग मिलखा, भाग दिखाउणी आ। मैनू इक ड्रामे च काम मिल गया, पर पैसे ना पुछी यार। ओ दारू कित्थे आ? ਸਾਲਿਆ ਪਾਰਟੀ। ਸਾਲਿਆ ਤੂੰ ਤਾਂ ਕਹਿੰਦਾ ਸੀ ਜਦੋਂ ਤੱਕ ਸੈੱਟ ਨਹੀਂ ਹੁੰਦੇ ਪਾਰਟੀ ਨਹੀਂ ਕਰਨੀ। ਸਾਲਿਆ ਇਹਦਾ ਕੀ ਪਤਾ ਕਦੋਂ ਸੈੱਟ ਹੋਵੇ, ਘੱਟੋ ਘੱਟ ਦਾਰੂ ਵੀ ਕਿਤੇ ਸੈੱਟ ਹੋਈ ਹੈ। ਸਾਲੇ ਚੌਥੇ ਪੈਗ ਨਾਲ ਵੀ ਜੀਜ਼ ਕਰਦੇ ਆ ਬਾਈ, ਬਿਲਕੁਲ ਨਵਾਂ ਗਾਣਾ ਗਾਉਣ ਦੇ, ਹੁਣੇ ਹੁਣੇ ਤਿਆਰ ਕੀਤਾ ਤੁਹਾਡੇ ਬਾਈ ਨੇ। ਸਾਲਾ ਗਿੱਲਾ ਦਾ ਧਿਆਨ ਨਾਲ ਸੁਣਿਓ, ਹੇਕ ਲਾ ਕੇ ਕਰੂੰਗਾ ਸ਼ੁਰੂ। ਕਿਆ ਬਾਤ ਹੈ। ਕਈਆਂ ਤੋਂ ਨੀਵੇਂ ਤਾਈਓ ਨਜ਼ਰੋਂ ਲਾਏ, ਉਹ ਰਾਹੀ ਮਿਲੀ ਬਸ ਦੀ ਸ਼ੌਕੀ ਪੜ੍ਹਨੇ ਲਈ, ਪੜ੍ਹਨੇ ਲਈ, ਪੜ੍ਹਨੇ ਲਈ, ਮੇਰੀ ਚਿੱਟੀ ਲਾਂਸਰ ਵੱਢਦੀ ਜਾਂਦੀ। ਬੱਬੂ ਬੱਬੂ ਦਰਵਾਜ਼ਾ ਖੋਲ, ਆ ਬਾਹਰ ਡਸਟਬਿਨ ਕਿਹੜਾ ਖਿਲਾ ਰਿਹਾ ਹੈ? ਓਏ ਉੱਠੋ, ਓਏ ਉੱਠ ਪਾ, ਓਏ ਉੱਠ, ਬੰਗਾ ਪੈ ਗਿਆ। ਓ ਸਾਲਿਆ ਮੇਰਾ ਮਕਾਨ ਮਾਲਕ ਆ ਗਿਆ, ਉੱਠੋ ਭੱਜੋ ਸਾਲਿਓ, ਆ ਸੈੱਟ ਸਮਾਨ ਦੇ ਪਰੇ। ਕੀ ਗੱਲ ਦੰਗੀ ਹੋ ਗਈ ਤਾਲੀ ਓਏ, ਇਹ ਸਾਲਾ ਉਹਨਾਂ ਨੇ ਬਾਗ ਮਿਲਖਾ ਬਾਗ ਦਾ ਗੀਤ ਗਾਉਣੀ ਸੀ, ਮੈਨੂੰ ਕਿਉਂ ਲੱਗ ਗਿਆ? ਚਲੋ ਚੱਲ ਚੱਲ ਚਲੋ, ਹਾਂ ਬੋਤਲ ਉਹ ਬਚਾ ਕੇ ਆ ਭਾਜੀ, ਆ ਗਿਆ ਉਹ ਤਾਂ ਖੋਲ ਦਾ, ਮੈਂ ਤੋੜ ਕੇ ਅੰਦਰ ਬਸ, ਖੋਲ ਦਾ ਭਾਜੀ, ਸਾਹ ਕੁੱਤੇ ਗਏ ਯਾਰ। ਓਏ ਓਏ ਤੂੰ ਪਿੱਛੇ ਆ, ਆ ਕੌਣ ਹੈ? ਮੈਨੂੰ ਨੀ ਪਤਾ ਭਾਜੀ। ਤੈਨੂੰ ਨੀ ਪਤਾ? ਨਾ ਜੀ। ਉਸ ਸਾਲਿਆ ਉਹ ਗੁੱਗੂ ਭਾਈ ਤੋਂ ਥੋੜੀਆਂ ਮੰਗ ਲਾ। ਉਹ ਸਾਲਿਆ ਗੁੱਗੂ ਭਾਈ ਕਾਰਪੈਂਟਰ, ਉਹ ਭਾਜੀ ਤੇਲ ਤੂਲ ਫੜਾ ਦਾ ਤਿਲਕ ਕੇ ਨਿਕਲ ਜਾਵੇ। ਸਾਲਿਆ ਗੁੱਗੂ ਭਾਜੀ ਕਾ ਤੇਲ ਹੀ ਹੈ ਜਿਹੜਾ ਤੇਲ ਫੜਾਉਣਗੇ, ਆ ਭਾਜੀ ਇਥੋਂ ਗ੍ਰੀਸ ਫੜਾਓ ਭਾਜੀ। ਸਾਲਿਓ ਗ੍ਰੀਸ ਨੂੰ ਕਿਤੇ ਭਾਜੀ ਵਰਕਸ਼ਾਪ ਲੈ ਲੈਣਾ ਗ੍ਰੀਸ ਤੁਹਾਨੂੰ ਸਾਲਿਓ। ਆ ਚੱਕੋ ਆਪਣੀ ਡੰਡ ਫੋੜੀ, ਜੇ ਅੱਜ ਤੋਂ ਬਾਅਦ ਮੇਰੇ ਘਰ ਦੇ ਨੇੜੇ ਤੇੜੇ ਵੀ ਦਿਸ ਗਏ ਨਾ, ਸਾਲਿਆਂ ਨੂੰ ਥਾਣੇ 'ਚ ਲੰਮੇ ਪਾ ਕੇ ਕੁੱਟੂ। ਭਾਜੋ ਸਾਲੇ ਫੁਕਰੇ। ਚੰਗਾ ਭਲਾ ਮੈਂ ਇੱਥੇ ਸੈੱਟ ਸੀਗਾ, ਸਾਲਿਆਂ ਨੇ ਆ ਕੇ ਮੈਨੂੰ ਵੀ ਉਜਾੜਤਾ। ਸਵਾ ਸੈੱਟ ਸੀ, ਕੱਚੀ ਟਾਕੀ ਵਾਲੇ ਮਕਾਨ 'ਚ ਰਹੀਏ ਨਾ, ਸੈੱਟ ਸੀ ਤੂੰ। ਮੈਂ ਸਾਲੇ ਦਾ ਇੱਟ ਮਾਰੂੰਗਾ, ਦੱਸ ਮੇਰੀ ਕਿਹਨੇ ਖਿਲਾ ਰਿਹਾ ਸੀ? ਸਾਲੇ ਖਾਧੀ ਪੀਤੀ 'ਚ ਕੀ ਪਤਾ ਲੱਗਦਾ ਕਿਹਨੇ ਖਿਲਾ ਰਿਹਾ? ਮੈਨੂੰ ਸਾਲਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਰਹਿਣਾ ਕਿੱਥੇ ਆ। ਚੱਲ ਤੂੰ ਹੌਸਲਾ ਰੱਖ, ਕਰਦੇ ਆ ਕੋਈ ਨਾ ਕੋਈ ਜੁਗਾੜ। ਸਾਲੇ ਉਹ 1500 ਚੁਰੇ ਚਾਰੇ ਰਹੀ ਜਾਂਦੇ ਸੀ, ਹੁਣ ਇਦੋਂ ਸਸਤਾ ਕਿੱਥੋਂ ਲੱਭ ਲਓਗੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੱਭਣਾ ਕਾਹਦੇ ਲਈ ਹੈ, ਟਾਕੀ ਟੁੱਟੀ ਹੈ, ਬੋਰੀ ਬੀਜੀ ਟੱਪ ਕੇ ਚਾਰੇ ਜਣੇ ਅੰਦਰ ਹੀ ਰਹਿ ਜਾਵਾਂਗੇ। ਉਹ ਤੇਰੀ ਗੱਲ ਜੱਚੀ ਨਹੀਂ ਗੱਲ। ਦੇਖ ਯਾਰ ਸ਼ਹਿਰ 'ਚ ਕਿਤੇ ਨਾ ਕਿਤੇ ਕੋਈ ਸਸਤਾ ਮਕਾਨ ਤਾਂ ਲੱਭ ਜੂਗਾ, ਚਲੋ ਚੱਲੀਏ। ਚਲੋ ਚੱਲ ਲੱਭ ਲਾਂਗੇ ਯਾਰ। ਕਿਰਾਏ 'ਚ ਭਾਵੇਂ ਕਿਰਪਾਲ ਸਿੰਘ ਗਿੱਲ ਨੂੰ ਚਾਰ ਛਿੱਲੜ ਘੱਟ ਵੱਜ ਜਾਣ, ਉਹਦੀ ਕੋਈ ਟੈਨਸ਼ਨ ਨਹੀਂ, ਕਿਉਂਕਿ ਸੁੱਖ ਨਾਲ ਮੈਂ ਫੌਜ 'ਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ। ਪਰ ਇੱਕ ਗੱਲ ਮੈਨੂੰ ਸੱਚ ਸੱਚ ਦੱਸ ਦਿਓ ਵੀ ਤੁਸੀਂ ਦੋਵੇਂ ਛੜੇ ਹੋ? ਹਾਂਜੀ ਹਾਂਜੀ ਛੜੇ ਹਾਂ ਜੀ। ਕਿਵੇਂ ਸਾਲੇ ਹੁੱਬ ਕੇ ਦੱਸਦੇ ਆ, ਜਿਵੇਂ ਛੜਾ ਆਰਮੀ ਦੀ ਹਾਈਐਸਟ ਪੋਸਟ ਹੋਵੇ। ਸੌਰੀ ਜਵਾਨ, ਦੋ ਮਕਾਨ। ਪਰ ਕਿਉਂ ਜੀ, ਮਕਾਨ ਕਿਉਂ ਨਹੀਂ ਮਿਲ ਸਕਦਾ? ਤੁਸੀਂ ਮਕਾਨ ਭਾਲ ਦਿਓ, ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ। ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ ਵੀ ਕਾਕਾ ਜ਼ਿੰਦਗੀ 'ਚ ਕਦੇ ਝਾੜੂ ਖੜਾ ਨਾ ਰੱਖੀ ਤੇ ਕਿਰਾਏ ਦਾ ਛੜਾ ਨਾ ਰੱਖੀ। ਪਰ ਤੁਸੀਂ ਛੜਿਆਂ ਤੋਂ ਇਹਨੀ ਨਫ਼ਰਤ ਕਿਉਂ ਕਰਦੇ ਹੋ ਜੀ? ਨਫ਼ਰਤ? ਘਰ 'ਚ ਜਵਾਨ ਭਤੀਜੀ ਆ, ਤੁਹਾਡੇ ਵਰਗੇ ਦੋ ਛੜੇ ਮਸਟੰਡਿਆਂ ਨੂੰ ਮੈਂ ਕਿਵੇਂ ਬਾਲ ਲੂ? ਮੈਂ ਤਾਂ ਘਰੇ ਕਦੇ ਵਾਜਪਾਈ ਦਾ ਕੈਲੰਡਰ ਨਹੀਂ ਕੰਧ ਟੰਗਣ ਦਿੱਤਾ। ਤੁਸੀਂ ਤਾਂ ਅੰਕਲ ਗੱਲ ਹੋਰੇ ਪਾਸੇ ਲੈ ਗਏ। ਸੌਰੀ ਜਵਾਨ,
नो रूम फॉर छड़ा शाबाश। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਬਹਿਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀ ਵਾਰੀ ਸੁਣਿਆ, ਵੋਟੀਆਂ ਵੀ ਹੁੰਦੀਆਂ ਸਾਲਾ, ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਵੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ, ਛੜਾ ਤਾਂ ਸਾਡੀ ਕਾਸਟ ਆ। ਕੀ ਮਜ਼ਾ, ਮਾਈਸੈਲਫ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜਸ ਛੜਾ। ਛਾਬੜੇ ਤਾਂ ਬਥੇਰੀ ਵਾਰੀ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ, ਅੱਜ ਪਤਾ ਲੱਗਿਆ। ਵਜਾ ਵਜਾ ਕਰਾਤੀ ਬਾਈ, ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ, ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ 'ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਪਰ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ, ਜੇ ਕੱਲ੍ਹ ਨੂੰ ਮੇਰੀ ਭਤੀਜੀ ਨਾਲ ਕੋਈ ਊਚ ਨੀਚ ਹੋਈ ਤਾਂ ਇਹ ਸੋਚ ਲਿਓ ਕਿ ਵੋਟੀਆਂ ਤੁਹਾਡੇ ਦੋਹਾਂ ਦੀਆਂ ਵੀ ਬਚਦੀਆਂ, ਕਿਉਂਕਿ ਸੂਬੇਦਾਰ ਮੇਜਰ ਕਿਰਪਾਲ ਸਿੰਘ ਗਿੱਲ ਉਹ ਵੀ ਛੜਾ ਹੀ ਹੈ। ਨਾ ਤੁਸੀਂ ਵਿਆਹ ਹੋਏ ਕਹਿ ਕੇ ਕਰ ਲਿਆ ਓਏ? ਹੋਰ ਆਹੋ, ਪਰ ਸਾਲਿਓ ਜਨਾਨੀਆਂ ਕਿੱਥੋਂ ਲੈ ਕੇ ਆਉਂਗੇ? ਉਹ ਵੀ ਹੋ ਗਈਆਂ। ਲੈ ਇਹ ਤਾਂ ਘਰ ਦੇ ਨਾਲ ਨਾਲ ਸਾਲਿਆ ਜਨਾਨੀਆਂ ਵੀ ਕਰੀ ਬੈਠੇ ਨੇ। ਉਹ ਸਾਲਾ ਮੈਂ ਤੋਂ ਹਸਬੈਂਡ ਬਣ ਗਿਆ, ਉਹ ਸਾਲਾ ਮੈਂ ਤੋਂ ਹਸਬੈਂਡ ਬਣ ਗਿਆ। ਯੈਸ ਵੀਰ ਜੀ, ਹਸਬੈਂਡ ਹੀ ਵਾਈਫ ਨਾ। ਸਾਲਿਆ ਕੀ ਮਤਲਬ ਹੈ ਤੇਰਾ ਓਏ? ਦੱਸ ਓਏ। ਦੇਖ ਬਾਈ, ਜਿੱਦਾਂ ਤੂੰ ਪਿੰਡ 'ਚ ਸਰੂਪਨਗਾ ਬਣ ਕੇ ਰਹਿੰਦਾ ਸੀ, ਉੱਦਾਂ ਹੀ ਸਾੜੀਆਂ ਬਣ ਕੇ ਇਸ ਘਰ 'ਚ ਰਹਿਣਾ, ਨਾਲੇ ਸਾਡੀ ਵੋਟੀ ਬਣ ਕੇ। ਉਹ ਪਰਾਂ ਮਰੋ ਤੁਸੀਂ ਓਏ, ਤੁਹਾਡੇ ਨਾਲ ਸੌਣ ਨਾਲੋਂ ਤਾਂ ਮੈਂ ਸਟੇਸ਼ਨ ਤੇ ਬੈ ਕਿਸੇ ਭਈਏ ਨਾਲ ਸੌਂਜੂਗਾ। ਸਾਲੇ ਐਨੇ ਵੀ ਨਹੀਂ ਮਾੜੇ, ਇੰਨੀ ਮੁਸ਼ਕਿਲ ਨਾਲ ਕਿ ਮਕਾਨ ਮਿਲਿਆ, ਸਮਝਾਓ ਇਹਨੂੰ। ਹਾਂ ਉਹ ਮੰਨ ਜਾ ਯਾਰ, ਨਾਲੇ ਇੱਥੇ ਬਲਾਊਜ਼ ਵੀ ਬਾਲੇ ਕੈਂਡ ਮਿਲਦੇ ਆ। ਮੈਂ ਥਾਪੜਾ ਮਾਰੂ, ਮੈਂ ਕਰੋ ਧਰਮਿੰਦਰ ਬਣਨਾ ਆਇਆ, ਤੂੰ ਮੈਨੂੰ ਹੇਮਾ ਮਾਲਣੀ ਬਣਾਈ ਜਾਂਦਾ? ਆਹੋ, ਮੈਨੂੰ ਬਣਾ ਕੇ ਸੜਕ ਦੱਸਣ ਜੇ ਦਾ, ਤੂੰ ਬਣ ਜਾ ਧਰਮਿੰਦਰ। ਉਹ ਯਾਰ, ਜਿੰਨਾ ਚਿਰ ਘਰ ਨਹੀਂ ਮਿਲਦਾ ਉਨਾ ਚਿਰ ਹੀ ਸਾੜੀਆਂ ਪਾਉਣੀਆਂ। ਦੇਖ ਬਈ ਡਿਪਟੀ, ਜੇ ਰਹਿਣ ਨੂੰ ਛੱਤ ਨਾ ਮਿਲੀ ਫਿਰ ਸਾਰੀ ਉਮਰ ਪਿੰਡ 'ਚ ਸਾੜੀਆਂ ਪਾਪਾ ਘੁੰਮੀ। ਹੋਰ ਕੀ, ਮੰਨ ਜਾਣਾ ਯਾਰ, ਮੰਨ ਜਾ ਯਾਰ ਬਾਈ, ਪਲੀਜ਼। ਇੱਕ ਕਾਮਯਾਬ ਕਲਾਕਾਰ ਬਣਨ ਲਈ ਵੀ ਪਤਾ ਨਹੀਂ ਕੀ ਕੁਛ ਕਰਨਾ ਪੈਂਦਾ। ਚਲੋ ਠੀਕ ਹੈ ਯਾਰ। ਉਹ ਬੱਲੇ, ਇਹਨੂੰ ਕਹਿੰਦਾ ਯਾਰ, ਉਹ ਪਰ ਸਾੜੀ ਪਵਾ ਕੇ ਕਿਤੇ ਯਾਰ ਮਾਰ ਨਾ ਕਰ ਦਿਓ। ਨਹੀਂ ਉਹ ਪਰ ਗੱਲ ਸੁਣੋ ਏ, ਆਪਣੀ ਤਿੰਨਾਂ ਦੀ ਇੱਕੋ ਹੀ ਘਰ ਵਾਲੀ ਹੋਊਗੀ। ਸਾਲਿਆ ਦੂਜੀ ਘਰ ਵਾਲੀ ਤੂੰ ਬਣੇਗਾ? ਓਏ ਤੂੰ ਪਰਾਂ ਮਰ ਨਾ, ਹੁਣ ਤੇਰੇ ਵਾਰੀ ਬਲੌਜ ਮੁੱਕ ਗਏ। ਉਹ ਨਹੀਂ ਨਹੀਂ ਯਾਰ, ਸਾੜੀ ਪਾ ਕੇ ਤਾਂ ਮੇਰਾ ਢਿੱਡ ਦਿਖੂਗਾ। ਉਹ ਸਾਲਿਆ, ਕਿਧਰੇ ਤੇਰੀ ਧੁੰਨੀ ਕਾਲੀ ਹੁੰਦੀ, ਸੂਟ ਪਾ ਲਿਆ ਕਰੀ। ਨਾਲੇ ਊਂ ਵੀ ਮੈਂ ਸੁਣਿਆ ਇੱਥੇ ਪੰਜਾਬੀ ਸੂਟ ਬਾਹਲੀ ਸੋਹਣੇ ਮਿਲਦੇ ਆ। ਉਹ ਨਾਲੇ ਸਾੜੀ ਬਣਨੀ ਔਖੀ ਆ ਵੀ, ਮੈਂ ਵੀ ਸੂਟ ਹੀ ਪਾਇਆ ਕਰੂੰ। ਚਲੋ ਫੇਰ ਛੇਤੀ ਛੇਤੀ ਚਾਹ ਮਗਾਓ, ਆਪਾਂ ਵੈਕਸ ਵੀ ਕਰਾਉਣੀ ਆ। ਯੈਸ ਓਏ, ਫੋਟੋ ਜ਼ੀਰੋ। ਏ ਆ ਜੀ ਨੀਰੂ। ਹੈਲੋ ਜੀ। ਨੀਰੂ ਬਾਜਵਾ? ਨਹੀਂ ਜੀ ਨਹੀਂ, ਨੀਰੂ ਛੜਾ। ਤੇ ਇਹ ਆ ਜੀ ਪਿੰਕੀ। ਮੋਗੇ ਵਾਲੀ? ਨਹੀਂ ਜੀ, ਪਿੰਕੀ ਛੜਾ। ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ, ਵੀ ਐਡੀਆਂ ਸੋਹਣੀਆਂ ਤੁਹਾਡੀਆਂ ਘਰ ਵਾਲੀਆਂ ਤੇ ਤੁਹਾਨੂੰ ਮਕਾਨ ਲੱਭਣ 'ਚ ਫਿਰ ਵੀ ਇੰਨੀ ਦਿੱਕਤ ਆਈ? ਉਹ ਬਸ ਜੀ, ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ। ਅਸੀਂ ਦੋਵੇਂ ਵੀਰੇ ਕੰਮ ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੋਂ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ, ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈ ਜੀ, ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ, ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ, ਮੈਨੂੰ ਇਹ ਦੱਸੋ, ਤੁਹਾਡੇ ਦੋਹਾਂ 'ਚੋਂ ਕੌਣ ਕਿਹਦਾ ਘਰ? ਇਹ ਨੇ ਜੀ ਮੇਰੇ ਘਰ ਵਾਲੇ ਦੋਵੇਂ। ਨਹੀਂ ਨਹੀਂ ਜੀ, ਇਹ ਇਕੱਲੇ ਤੇ ਇਹ ਨੀਰੂ ਦੇ ਘਰ ਵਾਲੇ ਨੇ। ਓ, ਮੈਂ ਸੋਚਿਆ ਦੋਵੇਂ ਤੁਹਾਡੇ ਪਤੀ ਨੇ। ਨਹੀਂ, ਤੇ ਤੁਸੀਂ ਇਕੱਲੇ ਹੋ। ਹਾਏ, ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ 'ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ, ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ, ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ, ਮੇਰਾ ਮਤਲਬ ਜਦੋਂ ਅਸੀਂ ਫੌਜ 'ਚ ਹੁੰਦੇ ਸੀ ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ, ਦੇਖੋ ਨਾ ਚਾਚਾ ਜੀ। ਹਾਏ ਜਸਮੀਤ, ਆਓ ਬੇਟਾ,
मीत है ए मेरी भतीजी जसमीत ते इने अपने नवे किराएदार सत श्रीकाल जी हाँ जी सत श्रीकाल ए मेरी वाइफ नीरू सत श्रीकाल जी ते ए है जी मेरी ब्यूटीफुल वाइफ पिंकी छड़ा सत श्रीकाल जी सत श्रीकाल जी तुसी तुहाडी शक्ल ते जमा ही जमा नहीं जी मिलदी किसे नाल किदे नाल वैसे साडे नवे म्यूजिक टीचर बबू नाल बिल्कुल ऐदा लगता जिवे ओही लेडी सूट पाके खड़े होन हुन मेरी की गलती आ अब ओ मेरा 2 साल छोटा जुड़वा भरा है जी एक मिनट इत्थे साला 2 मिनट दा फर्क होवे सी तां नहीं जोड़ा भरा मंदे ਤੇਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ ਉਹ ਨਹੀਂ ਜੀ ਸੂਬੇਦਾਰ ਸਾਹਿਬ ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਜੁੜਮਾ ਕਹਿੰਦੇ ਤੁਸੀਂ ਕਹਿੰਦੇ ਹੋ ਫਿਰ ਹੋ ਸਕਦਾ ਜੁੜਵੇ ਹੋਣ ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣ ਆਏ ਹੋ ਨਹੀਂ ਜੀ ਨਹੀਂ ਤੇ ਆਪਾਂ ਕੱਲ ਹੀ ਸਾਧ ਲੈਣੇ ਆ ਨਾ ਜੀ ਨਾ ਵੀ ਹੇਟ ਟੂਗੇਦਰ ਹੇਟ ਟੂਗੇਦਰ ਨਹੀਂ ਹੁੰਦਾ ਹੇਟ ਈਚ ਅਦਰ ਹੁੰਦਾ ਚਲੋ ਜਿੱਦਾਂ ਮਰਜ਼ੀ ਹੈ ਤੁਸੀਂ ਸਮਝ ਤਾਂ ਗਏ ਹੀ ਨਾ ਤੁਸੀਂ ਸਮਝਾਤਾ ਮੈਂ ਸਮਝ ਗਿਆ ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ ਨਹੀਂ ਹਾਂ ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ ਸੋ ਸਵੀਟ ਠੀਕ ਕਿਉਂਕਿ ਸਾਡੇ ਰਿਵਾਜ਼ ਆ ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ ਨਹੀਂ ਜੀ ਪਰ ਇਹਨਾਂ ਦੇ ਰਿਵਾਜ਼ ਹੈ ਇਹ ਪਹਿਲੇ ਦਿਨ ਨਵੀਂ ਵੋਟੀ ਨੂੰ ਚਵਾਰੇ ਚਾੜ ਦਿੰਦੇ ਨੇ ਚਲੋ ਚੱਕੋ ਸਮਾਨ ਚਲੋ ਚੱਕੋ ਚੱਕੋ ਜੀ ਹਾਂ ਹਰੀ ਅਪ ਥੈਂਕ ਯੂ ਥੈਂਕ ਯੂ ਸਾਲੀ ਗਲਤੀ ਹੋ ਗਈ ਮੈਂ ਚਵਾਰੇ ਥੱਲੇ ਪਾ ਲੈਣਾ ਸੀ ਉਹ ਤੁਹਾਨੂੰ ਸਾਲਾ ਹੀ ਕਰ ਮਿਲਿਆ ਸੀਗਾ ਰਹਿਣ ਨੂੰ ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਵੱਜੇ ਵਜਾਉਂਦਾ ਫਿਰਦਾ ਤੂੰ ਓਏ ਬਕਵਾਸ ਨਾ ਕਰ ਕੱਲ ਦਾ ਸਟਾਰ ਆ ਮੈਂ ਵੱਡਾ ਸਟਾਰ ਉਹ ਤੈਨੂੰ ਕੋਈ ਪਛਾਣਦਾ ਨਹੀਂ ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ ਉਹ ਛੱਡੋ ਯਾਰ ਹੁਣ ਐਂ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ ਦੇਖ ਬਾਈ ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ ਲੈ ਦੱਸ ਤੇ ਮੈਂ ਕੀ ਮਾਰਾਂ ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ ਨੀਰੂ ਉਤਰੀ ਆ ਗਿਆ ਉਹ ਸਾਲਾ ਆਪਣੀ ਬੇਗਾ ਚੱਕੋ ਤੇ ਪੱਛੋ ਬੁੜੇ ਨੂੰ ਕਿ ਲਾਈਨ ਨਹੀਂ ਮਾਰੀ ਜਾਂਦੇ ਕਦੇ ਬੈਲ ਵੀ ਮਾਰ ਲਿਆ ਕਰ ਤੂੰ ਚੱਲ ਮੈਂ ਅੰਦਰ ਆ ਜਾਵਾਂ ਜੀ ਉਹ ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ ਸਾਡੇ ਚਵਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ ਆ ਜਾਓ ਜੀ ਆ ਜਾਓ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੁਣ ਪਰ ਤੁਸੀਂ ਇੰਨੇ ਬੌਂਦਲੇ ਕਿਉਂ ਨਹੀਂ ਨਹੀਂ ਜੀ ਨਵੀਂ ਨਵੀਂ ਜਗ੍ਹਾ ਨਾ ਇਸ ਲਈ ਜੀ ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ ਉਹ ਤਾਂ ਜੀ ਨਹਾਉਣ ਗਈਆਂ ਨੇ ਦੋਵੇਂ ਇਕੱਠੀਆਂ ਹੀ ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ ਉਹ ਆਪਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ ਮੈਨੂੰ ਵੇਖੋ ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ ਨਹੀਂ ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ ਹਾਂਜੀ ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਜੱਡ ਹੁੰਦੇ ਆ ਕਦੋਂ ਕੋ ਬਾਹਰ ਆਉਣਗੀਆਂ ਉਹਨਾਂ ਨੂੰ ਤਾਂ ਹਜੇ ਟਾਈਮ ਲੱਗੂਗਾ ਜੀ ਜਦੋਂ ਅੰਦਰ ਚਲੇ ਜਾਂਦੀਆਂ ਨੇ ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ ਹਾਂਜੀ ਕੁਛ ਨਹੀਂ ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ ਠੀਕ ਹੈ ਜੀ ਮੈਂ ਚੱਲਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ ਸ਼ਾਇਦ ਬਾਹਰ ਆ ਜਾਂਦੇ ਨਹੀਂ ਥੋੜ੍ਹਾ ਟਾਈਮ ਤਾਂ ਲੱਗੂਗਾ ਜੀ ਅੱਛਾ ਜੀ ਹਾਂਜੀ ਜੀ ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ ਚਾਚੇ ਭਤੀਜੀ ਨਾਲ ਇੰਨੀ ਕੰਫੀਡੈਂਸ ਨਾਲ ਗੱਲ ਕਰੋ ਕੱਲ ਨੂੰ ਮੈਡੀਕਲ ਟੈਸਟ ਕਰਾਵੇ ਤੁਸੀਂ ਜਨਾਨੇ ਹੀ ਨਿਕਲੋ ਮਤਲਬ ਕੰਫੀਡੈਂਸ ਹਾਏ ਓਏ ਕਿੱਥੇ ਚੱਲੇ ਹੋ ਰੈੱਡ ਐਂਡ ਵਾਈਟ ਬਣ ਕੇ ਭਜਾ ਓਏ ਪਤਾ ਕੁਛ ਹੋ ਰਹੀ ਬਾਬੂ ਜੀ
ਕੀ ਹਾਲ ਚਾਲ? ਵਧੀਆ, ਤੁਸੀਂ ਕਿੱਦਾਂ? ਵਧੀਆ, ਤੁਹਾਡੀ ਭੈਣ ਮਿਲੀ ਸੀ ਮੈਨੂੰ। ਅੱਛਾ, ਕੱਲੀ ਸੀਗੀ ਕਿ ਜੀਜਾ ਵੀ ਸੀਗਾ ਨਾਲ? ਜੀਜਾ ਵੀ ਨਾਲ ਸੀ। ਹਲੇ ਇਕੱਠੇ ਰਹੀ ਜਾਂਦੇ ਦੋਨੇ? ਨਾਲੇ ਤੁਸੀਂ ਕੋਈ ਆਪਣਾ ਘਰ ਦਿੱਤਾ ਉਹਨਾਂ ਨੂੰ ਕਿਰਾਏ ਤੇ? ਤੁਹਾਨੂੰ ਕਿਵੇਂ ਪਤਾ ਉਹ ਸਾਡੇ ਘਰ ਆਏ ਨੇ? ਉਹ ਮੇਰੀ ਸਿਕਸ ਸੈਂਸ ਬਹੁਤ ਤੇਜ਼ ਹੈ ਨਾ, ਮੈਨੂੰ ਅੱਧੀ ਗੱਲ ਦੱਸੋ, ਬਾਕੀ ਦੀ ਤਾਂ ਮੈਂ ਆਪ ਹੀ ਬੁੱਝ ਲੈਣਾ। ਵੈਸੇ ਦੋਨੇ ਘਰ ਲੱਭ ਰਹੇ ਸੀ ਨਾ ਕਿਰਾਏ ਤੇ, ਮੈਨੂੰ ਲੱਗਿਆ ਤੁਹਾਡੇ ਘਰ ਹੀ ਨਾ ਗਏ ਹੁਣ। ਹਾਂ, ਸਾਡੇ ਘਰ ਹੀ ਕਿਰਾਏ ਤੇ ਆਏ ਨੇ। ਪਰ ਤੁਸੀਂ ਭੈਣ ਭਰਾ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹੋ? ਉਹ ਮੇਰੀ ਤਾਂ ਜੀ ਮੇਰੀ ਭੈਣ ਨਾਲ ਨਾ ਖਾਨਦਾਨੀ ਦੁਸ਼ਮਣੀ ਆ। ਇੱਕ ਤੇ ਖਾਨਦਾਨ ਹੈ ਤੁਹਾਡਾ, ਖਾਨਦਾਨੀ ਦੁਸ਼ਮਣੀ ਕਿਵੇਂ ਹੋਈ? ਲੈ, ਵਿਆਹ ਤੋਂ ਬਾਅਦ ਭੈਣ ਦਾ ਖਾਨਦਾਨ ਜੀਜੇ ਵਾਲਾ ਨਹੀਂ ਹੋ ਗਿਆ, ਉਧਰਲੇ ਪਾਸਿਓਂ ਲੱਗਦੀ ਆ। ਉਦਾਂ ਭੈਣ ਨਾਲ ਤਾਂ ਕੋਈ ਰੌਲਾ ਨਹੀਂ ਮੇਰਾ। ਜੀਜੇ ਨਾਲ ਕੀ ਰੌਲਾ ਹੈ? ਉਹਦੇ ਸਾਲੇ ਨੇ ਕਈ ਵਾਰ ਖਾਧੀ ਪੀਤੀ 'ਚ ਨਾ ਮੇਰੇ 'ਤੇ ਬਜਰੀ ਉਛਾਲੀ ਆ। ਮੈਂ ਚਿੱਕੜ ਉਛਾਲਣਾ ਤਾਂ ਸੁਣਿਆ, ਇਹ ਬਜਰੀ ਉਛਾਲਣੀ ਕੀ ਹੁੰਦੀ ਹੈ? ਉਹ ਯਾਰ ਤੁਸੀਂ ਛੱਡੋ, ਮੇਰਾ ਸਿਰ ਪਹਿਲਾਂ ਹੀ ਬਹੁਤ ਕਨਫਿਊਜ਼ ਆ, ਮੇਰਾ ਮਤਲਬ ਦੁਖਦਾ। ਆਪਾਂ ਚੱਲ ਕੇ ਚਾਹ ਨਾ ਵੀ ਹੈ ਕੈਡੀ ਜੀ? ਚਲੋ ਜੀ, ਆ ਜਾਓ ਫਿਰ। ਘਰੋਂ ਚੰਗਾ ਭਲਾ ਧਰਮਿੰਦਰ ਬਣਨ ਆਇਆ ਸੀ, ਸਾਲਿਆਂ ਨੇ ਹੇਮਾ ਮਾਲਿਨੀ ਬਣਾ ਕੇ ਰੱਖਤਾ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ, ਵੇਖੀ ਕਿਤੇ ਪਾਪ ਨਾ ਲੱਗੇ। ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਹੈ ਤੂੰ, ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁੱਗ ਡੁੱਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆ ਜਾਓ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ, ਆ ਜਾਓ ਪੁੱਤ। ਸਰਪ੍ਰਾਈਜ਼! ਉਹ ਮਾਰਤਾ ਜਲਦੀ ਦਰਵਾਜ਼ਾ ਖੋਲ, ਓਏ ਹੋਰ ਨਾ ਕਿਤੇ ਬਾਹਰ ਤੋੜਦੀ, ਓਏ ਹੁਣ ਟੁੰਡਾ ਕਰਕੇ ਖੋਲੇਗੀ, ਇੱਕ ਹੱਥ ਨਾਲ ਤਾਂ ਰੋਟੀਆਂ ਵੀ ਥੱਪੀਆਂ ਜਾਣੀਆਂ, ਫਿਰ ਪੱਟ ਤੇ ਰੱਖ ਕੇ ਥੱਪਿਆ ਕਰੂੰਗਾ। ਸੋਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ, ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ, ਦੋਨਾਂ 'ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਇਜ਼ ਯੂਅਰਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਹਾਂ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਹਾਂ, ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ ਫਿਰ ਦੋ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ। ਅੰਦਰ ਅੱਗ? ਤੁਹਾਨੂੰ ਐਸੀਡਿਟੀ ਹੈ? ਸਰ ਗਿਆ, ਉਹ ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ, ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡਿਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡਿਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਹੈ, ਮੈਂ ਸਮਝਾਉਣਾ। ਇਹ ਇਸ਼ਕ ਡਿਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕਲਫ 'ਚ ਪੈ ਗਏ, ਦੋ ਮਿੰਟ ਹੱਥ 'ਚ ਫੜੀ ਰੱਖਦੇ ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ, ਜਿਵੇਂ ਕਦੇ ਕੁਛ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਛ ਕਿਹਾ? ਨਹੀਂ ਜੀ। ਹੈਲੋ, ਤੁਸੀਂ ਚਿਕਨ ਖਾਓ। ਪਹਿਲੇ ਆਪ, ਪਹਿਲੇ ਆਪ, ਪਹਿਲੇ ਆਪ ਖਾ ਲੈ ਹੁਣ। ਕੁਛ ਕਿਹਾ? ਲਓ ਨਾ ਪਲੀਜ਼। ਸ਼ੋਰ, ਲਓ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ, ਕਰ ਪੁੱਤ ਉਲਟੀਆਂ, ਹੁਣ ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਚੱਲ ਬਈ ਛਿੰਦੇ, ਆ ਮੇਰਾ ਬੱਚਿਆ, ਚੱਲ ਬਈ। ਆ ਭੈਣ ਜੀ, ਇਹਦਾ ਬਸਤਾ ਵੀ ਲੈ ਜਿਓ। ਹਲੋ ਜੀ, ਚੱਲ ਬਈ ਮੈਂ ਦੇ ਸਿਆ। ਓਹੋ, ਕੀ ਹੋਇਆ? ਮੈਡਮ ਜੀ, ਟਾਇਰ ਹੀ ਪੈਂਚਰ ਹੋ ਗਿਆ। ਹੁਣ ਹੁਣ ਤੁਹਾਨੂੰ ਥੱਲੇ ਲੈਣਾ ਪੈਣਾ। ਪਰ ਮੈਂ ਕਾਰ ਕੀ ਵਜਾਵਾਂਗੀ, ਮੱਦੀ ਕੁਛ ਕਰ। ਆ ਠੀਕ ਹੈ ਮੈਡਮ, ਮੈਂ ਮੂੰਹ ਨੇ ਹਵਾ ਭਰ ਕੇ ਦੇ ਦਾਂ। ਕੀ ਹੋਇਆ ਜੀ? ਟਾਇਰ ਪੈਂਚਰ ਹੋ ਗਿਆ, ਤੂੰ ਲਾ ਦੇਗਾ? ਪੈਂਚਰ ਤਾਂ ਨਹੀਂ ਲਾ ਸਕਦਾ, ਪਰ ਤੇਰੀ ਮਦਦ ਕਰ ਦੂੰ।
ਵਚਾ ਹੋ ਕਿਦਾਂ ਆ ਤੇਰੀ ਸਵਾਰੀ ਨੂੰ ਸਾਈਕਲ ਤੇ ਘਰ ਛੱਡ ਆਉਣਾ ਫਿਰ ਵੀ ਭਰਾ ਆ ਉਹ ਅੱਛਾ ਜੀ ਉਹ ਇਹਨਾਂ ਦਾ ਨਹੀਂ ਤੇਰਾ ਆ ਜਾਓ ਮੈਡਮ ਆਓ ਤੁਸੀਂ ਨਹੀਂ ਜੀ ਉਹ ਠੀਕ ਆ ਮਦੀ ਆ ਚੱਕਾ ਲਾ ਕੇ ਦੇ ਦੇ ਫਿਰ ਮੈਨੂੰ ਕੀ ਆ ਮੈਂ ਪੈਂਚਰ ਲਵਾ ਲਿਆਉਣਾ ਘੰਟਾ ਕੀ ਲੱਗਣਾ ਉਹ ਨਹੀਂ ਨਹੀਂ ਭਾਜੀ ਉਹ ਮੈਡਮ ਤੁਸੀਂ ਨਾਲ ਜਾਓ ਜੀ ਉਹ ਇੰਨੀ ਗਰਮੀ ਚ ਪੈਦਲ ਜਾਣ ਨਾਲੋਂ ਤਾਂ ਸਾਈਕਲ ਤੇ ਠੀਕ ਰਹਿਣਾ ਆਜੋ ਆਜੋ ਕੋਈ ਗੱਲ ਨਹੀਂ ਆਜੋ ਬੈਠੋ ਬੈਠੋ ਗਰਮੀ ਬੜੀ ਆ ਜੀ ਇੰਨੀ ਧੁੱਪ ਆ ਆਜੋ ਆਜੋ ਚਲੀਏ ਚੰਗਾ ਵੀ ਮੱਦੀ ਪੈਂਚਰ ਧਿਆਨ ਨਾਲ ਲਵਾਈ ਉਹ ਤੂੰ ਵੀ ਧਿਆਨ ਨਾਲ ਛਦਾਈਆ ਚਾਹ ਦੇ ਵਿੱਚ ਕਿਤੇ ਮੈਡਮ ਨੂੰ ਸੁੱਟ ਦੇਈ ਮੈਡਮ ਜੀ ਤੁਹਾਨੂੰ ਇੱਕ ਗੱਲ ਕਵਾਂ ਬੁਰਾ ਤਾਂ ਨਹੀਂ ਮੰਨੋਗੇ ਕਹੋ ਦੱਸਾਂ ਉਹ ਅਗਲੇ ਹਫ਼ਤੇ ਨਾ ਅਸੀਂ ਸ਼ਬੀਲ ਲਾ ਰਿਹਾ ਤੁਸੀਂ ਆਓਗੇ ਸ਼ਬੀਲ ਹਾਂਜੀ ਮੈਨੂੰ ਲੱਗਿਆ ਕਿ ਉਹ ਤੁਹਾਨੂੰ ਕੀ ਲੱਗਿਆ ਲੰਗਰ ਲਾਉਣਾ ਉਹ ਕੋਈ ਨਾ ਜੀ ਅਸੀਂ ਲੰਗਰ ਵੀ ਲਾ ਦਾਂਗੇ ਸ਼ਬੀਲ 'ਚ ਦੱਸੋ ਫਿਰ ਤੁਹਾਡਾ ਨਾਂ ਲਿਖ ਲਾਂ ਨਾਂ ਕਿੱਥੇ ਲਿਖਣਾ ਉਹ ਅਸੀਂ ਲਿਸਟ ਬਣਾ ਰਹੇ ਹਾਂ ਨਾ ਹੈ ਇਹ ਪਾਲੀ ਨਾਲ ਕੁੜੀ ਕੌਣ ਬਸ ਬਸ ਮੇਰਾ ਘਰ ਆ ਗਿਆ ਮੈਡਮ ਜੀ ਤੁਸੀਂ ਦੱਸਿਆ ਨਹੀਂ ਤੁਸੀਂ ਆਉਂਗੇ ਨਾ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਨਾਲ ਡੋਲੂ ਜ਼ਰੂਰ ਲੈ ਕੇ ਆਇਓ ਪਰ ਤੁਸੀਂ ਮੇਰਾ ਕਿਸੇ ਲਿਸਟ 'ਚ ਨਾਮ ਨਾ ਲਿਖਿਓ ਸ਼ਬੀਲ ਦੀ ਕੋਈ ਲਿਸਟ ਨਹੀਂ ਬਣਦੀ ਠੀਕ ਹੈ ਜੀ ਘਰ ਛੱਡਣ ਲਈ ਥੈਂਕਸ ਮੇਰਾ ਵੀ ਥੈਂਕ ਯੂ ਆ ਜੀ ਚੱਲ ਵੀ ਪਾਲੀ ਸਿੰਘ ਗੱਲ ਬਣ ਗਈ ਕਿੱਥੇ ਚੱਲੇ ਹੋ ਸਾਲੇ ਮਰਵਾਏਗਾ ਜੇ ਉੱਚੀ ਬੋਲਣਾ ਤੇ ਜਨਾਨੀ ਰਿਵਾਜ਼ ਬੋਲਤਾ ਕਿੱਥੇ ਚੱਲੇ ਹੋ ਕੰਮ ਤੇ ਹੋਰ ਕਿੱਥੇ ਤੇ ਤੁਸੀਂ ਇੰਟਰਵਿਊ ਤੇ ਨਾ ਰੋਜ਼ ਘਰੋਂ ਮੂੰਹ ਚੱਕ ਕੇ ਨਿਕਲ ਜਾਂਦੇ ਹੋ ਮੈਂ ਘਰੇ ਸਵੈਟਰ ਬੁਣਨ ਵਾਸਤੇ ਰੱਖੀ ਹੋਈ ਹਾਂ ਨਾ ਸੂਬੇਦਾਰ ਕੀ ਸੋਚੂਗਾ ਕਿੰਨੇ ਜਨਾਨੀਆਂ ਰੋਜ਼ ਨਿਕਲ ਜਾਂਦੀਆਂ ਤੇ ਇਹ ਨਹੀਂ ਨਿਕਲਦੀ ਉਹ ਸਾਲਿਓ ਮੇਰੀ ਤਾਂ ਮਜਬੂਰੀ ਹੈ ਮੇਰੀ ਤਾਂ ਮਜਬੂਰੀ ਹੈ ਦੀਦੀ ਮਸਾਂ ਤਾਂ ਨੌਕਰੀ ਮਿਲੀ ਹੈ ਨਾ ਮੈਂ ਇੱਥੇ ਸਰਕਾਰੀ ਛੁੱਟੀਆਂ ਕੱਟਣਾ ਜਾਂ ਮੈਂ ਨਹੀਂ ਜਾਣਾ ਹੁੰਦਾ ਕੰਮ ਤੇ ਮੇਰੇ ਵੀ ਕੋਈ ਸੁਪਨੇ ਹੈ ਤੁਹਾਡੇ ਚੱਕਰਾਂ 'ਚ ਤਾਂ ਮੇਰੀ ਜਵਾਨੀ ਰੁੱਲ ਜੂਗੀ ਨਾ ਕੀ ਹੋ ਗਿਆ ਤੇਰੀ ਜਵਾਨੀ ਨੂੰ ਇੰਨੀ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਬਣਾਉਣ ਦੀ ਕੀ ਲੋੜ ਆ ਜੇ ਇੰਨੀ ਗੱਲ ਹੈ ਤੇ ਅੱਜ ਹੀ ਵੱਖ ਹੋ ਜਾਂਦੇ ਆ ਹਾਏ ਅੱਲਾ ਅੱਜ ਪਤਾ ਲੱਗਿਆ ਮੈਨੂੰ ਔਰਤਾਂ ਦੇ ਦੁੱਖ ਕੀ ਹੁੰਦੇ ਨੇ ਓ ਜ਼ਿੰਦਗੀ 'ਚ ਕੁਝ ਪਾਉਣ ਲਈ ਨਾ ਬਹੁਤ ਕੁਝ ਖੋਣਾ ਪੈਂਦਾ ਨਾਲੇ ਸੁਪਨੇ ਵੀ ਤਾਂ ਆਪਣੇ ਦੋਨਾਂ ਦੇ ਵੱਡੇ ਨੇ ਓ ਬਸ ਯਾਰ ਮੈਂ ਚੱਲਿਆ ਮੇਰੀ ਇੰਟਰਵਿਊ ਦਾ ਟਾਈਮ ਹੋ ਗਿਆ ਜਾ ਤੁਸੀਂ ਐਕਚੁਅਲੀ ਕੜਾ ਦੇਣ ਆਇਆ ਸੀ ਅੱਜ ਸੰਗਰਾਂਦ ਹੈ ਜੀ ਨਹੀਂ ਕੰਜਕਾਂ ਬਿਠਾਈਆਂ ਸੀ ਉਹ ਬੈਠੀਆਂ ਹੀ ਨਹੀਂ ਮੈਂ ਕਿਹਾ ਚਲੋ ਉੱਪਰੇ ਫੜਾਇਆ ਉਹਨੇ ਮੈਂ ਫੜਾ ਦੂੰਗਾ ਜੀ ਅੱਛਾ ਜੀ ਹਾਂਜੀ ਨੀਰੂ ਨੂੰ ਕਿਹੋ ਖਾ ਲਵੇ ਮੈਂ ਆਪਣੇ ਹੱਥੀ ਬਣਾਇਆ ਠੀਕ ਹੈ ਜੀ ਕਹਿ ਦੂੰਗਾ ਜੀ ਸਾਲਾ ਕੜਾ ਬਣਾਇਆ ਵੀ ਕੰਮ ਨਾ ਆਇਆ ਓਕੇ ਹੱਥਾਂ ਨਾਲ ਬਣਾਇਆ ਹੋਰ ਕਿਹੜਾ ਪੈਰਾਂ ਨਾਲ ਬਣਦਾ ਹੁੰਦਾ ਆ ਲੈ ਸੂਬੇਦਾਰ ਨੀ ਤੇਰਾ ਸੂਬੇਦਾਰ ਤੇਰੇ ਲਈ ਕੜਾ ਲੈ ਕੇ ਆਇਆ ਸੂਬੇਦਾਰਾ ਸੂਬੇਦਾਰਾ ਤੇਰੀ ਦੇਖਿਆ ਮੈਂ ਕਿਹਾ ਸੀ ਨਾ ਸੂਬੇਦਾਰ ਨਿਗਾਹ ਰੱਖਦਾ ਆਪਣੇ ਤੇ ਬਾਈ ਜਿੰਨਾ ਚਿਰ ਸੈੱਟ ਨਹੀਂ ਹੋ ਜਾਂਦੇ ਕਿਰਪਾ ਕਰਕੇ ਸ਼ਾਂਤੀ ਰੱਖ ਲਾ ਬਸ ਬਸ ਮੰਨ ਗਿਆ ਚੱਲ ਚੱਲੀਏ ਦੀਦੀ ਆਪਣਾ ਝਾਟਾ ਨਾ ਆਪਣੇ ਕੋਲੇ ਰੱਖਿਆ ਕਰ ਬਾਈ ਚੱਲ ਸਾਲੀ ਬਾਈ ਦੀ ਓ ਸੋਹਣਿਓ ਨਾਰਾਜ਼ਗੀ ਤੇ ਨਹੀਂ ਓ ਗੱਲ ਦਿਲ ਦੀ ਜੇ ਇੱਕ ਕਹਿ ਦੇ ਹੋ ਤੁਸੀਂ ਥੋੜਾ ਉੱਚੀ ਗਾਓ ਓ ਸੋਹਣਿਓ ਨਾਰਾਜ਼ਗੀ ਤੇ ਨਹੀਂ ਸੋਹਣਿਓ ਨਾਰਾਜ਼ਗੀ ਤੇ ਨਹੀਂ ਓ ਗੱਲ ਦਿਲ ਦੀ ਜੇ ਇੱਕ ਕਹਿ ਦੇ ਹੋ ਪਹਿਲੇ ਲੇਲਕਾਰੇ ਨਾਲ ਮੈਂ ਡਰ ਗਈ ਦੂਜੇ ਲੇਲਕਾਰੇ ਨਾਲ ਅੰਦਰ ਵੜ ਗਈ ਤੀਜੇ ਲੇਲਕਾਰੇ ਨਾਲ ਨਾਮ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ ਸੋਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ ਮੈਂ ਦੁਬਾਰਾ ਆ ਜਾਂਦਾ ਯੂ ਕੰਟੀਨਿਊ ਪਰ ਮਾਫ਼ ਕਰਨਾ
आ कोई नवा सुन चलिया स्वामी रामदेव जी का? ओ नहीं जी, दरअसल जब मैं बहुत दुखी हुनी हां ना, फिर मैं अपने पैर उपर चक के ए वाला आसन कर लेनी हां। कमाल है, ए तो सुनया सी के खुशी च बंदे दे पैर थल्ले नहीं लगदे ते दुख च उपर भी चके जांदे, अज पता लग्या। खैर मैं तो इस करके आया सी कि अज तेरे नाल सवेरे कुत्ते खानी हुंदी वेखी ते सूबेदार मेजर फेल्टबेरी बैग। हाय, एदा मतलब तुहानू सब पता लग गया? मैनू तां तुहर अंदर दी गल भी पता लग गई, पर इहदे च मेरा कोई कसूर नहीं, इह सब जनानी वाला चक्कर इन्ना करके पिया। बंदे दी तां जात ही इदां दी हुंदी आ, घरे चंगी भली सोहणी जनानी छड्ड के बाहर दूजी मगर खे खाणो नहीं हटदे। दूजी मगर? हाय मेरे याद ना कराओ, मैं तां लुट्टी गई, मेरे तां दाग फुट गए। भाग फुट गए हुंदा, दाग फुट गए नहीं, पर तुसी चिंता ना करो, मैं कुछ भी फुटन नहीं दंदा। अब मेरी मनो, जितना तुहाडा घर वाला करदा तुसी भी उदा ही करो। हैं जी, मैं कुछ समझी नहीं। अंग्रेजा ने एक चीज बहुत सोहनी चलाई है, एक्स्ट्रा मैरिटल अफेयर, तुसी भी उही चलाओ। पर जी मैनू अंग्रेजी चीजा बहुत घट चलाउणियां आउंदियां ने। मैं तैनू कोई नासा दी मिसाइल चलाउण नू कहता, घर वाले वांगू बाहर चक्कर चलाउण नू कहा। पर जी बाहर तो मैनू कोई जानदा ही नहीं। फिर अंदर चलाओ, ना बनेरे टप्पण दी लोड़। हाय पाप लगूगा। जिस तरह के अंदरले दे हालात ने, मैं तो कहना तुहानू पुन लगूगा, नाले पाप तो ता लगू जे मैं तुहानू दो बेड़ियां च पैर धरनू कहूं। पाली नू तलाक दो ते जाली नाल मेरा मतलब जौली इंसान नाल व्याह करो। सूबेदार पाजी, फॉर योर काइंड इनफॉरमेशन, सूबेदार पाजी कोई पोस्ट नहीं हुंदी। नाले मेरे बापू जी कह गए कि साध दी चेली ते फौजी दी सहेली सारी उम्र खाता नहीं खांदी। को समझे मिसेज छड़ा? प्लीज मैनू मिसेज छड़ा ना क्या करो, बंदे वाली फीलिंग आने लग जाती है। चलो नहीं कहते, अगे तो असी तुहानू मिसेज छड़ी कह लिया करो। हाय अल्लाह, लाल छड़ी मैदान खड़ी, क्या खूब लड़ी, क्या खूब लड़ी। हाय कौन? ओए हैप्पी, तू चाचा बड़ियां पहला पौंडे हैं। तू फिर चाचा पहला पौंदा ही वेख्या, कदे चाचे नू बाजी पौंदे नू नहीं वेख्या। तेरी जुर्त किवें पई मेरे घरे वण दी? तेनू कहा सी ना 31 तक के मकान खाली चाहिदा। तेरे प्यो वाला मकान जेड़ा उहदा हिस्सा बणदा सी देता, तू हुण की लैण आया विचों? आ मकान भी मैनू चाहिदा चाचा। साले देख दे की चाचे ने चक के सुटो बाहर। आजा हाथ लाके वेख, तू देख अस हाथ लावांगे। मैं तो मजाक करता सी। साडे नाल मजाक चाचा? साले मजाक करनू मेरी केड़ा कोई साली है, मैं भतीजे नाले मजाक करना, सो मैं तो टीचर कर रहा सी। प्लीज छड़ दो यार। चलो छड़ दो इन्हां नू। चाचा चाची लियांदी ते सानू दस्सिया भी नहीं। अरे तेनू मकान चाहिदा ना? आहो दित्ता तेरे मुंह च मकान, मेरा मतलब की शक्कर खुश कीता। एक बारी फिर कह चाची। जा ओए, मैं कहना चाची। ओ चाचा छोड़ो पहला चाची चको। ओए इन्हां ने जनरेशन अगे वधा ली, मकान दे कई हिस्से पै जाने हैं। ओए पागलो, मैं इन्हां दी किराएदार हां। हां जड्डा चाचा हलकिया पिया ना, इहनू मालकी नूं बनाउण लगे टाइम लगणा। साला बग्गा जिहा हलकिया दसदा, बेशर्म। सानू इत्थों दा फड़ इत्थे बाल आउंदे साडे। हजे तां तू मेरे नहीं देखे, मेरा मतलब इह तां सारिआं दे हुंदे ने। ढालो चाची नूं। तेरी भैन नू मेरी नीरू नू जफा, साला मेरी नीरू नू जफा, इन्ना तक दलजीत ने नहीं पाया। साला तू कौन हूं? देख चाची, देख बंदे दी लड़ाई च जनानी दा की काम, एवें सट सुट वज जांदे बंदे दे। लियू देड़ती टोमी बाऊ हूं फड़े मुतरे साला ढीठ किसे थां दा लीड़े भी नाल ही रख चक लो। चक लिया कर। आ गया हैप्पी।
हो गया मकान खाली। इहो जे गुंडे नाल ले जाके बंदा बस दी सीट भी खाली करा सकदा। मकान सो खाली होना है। ओ होया की तेनू आ साडी सट्टा नहीं दिखदियां। कुट खा के आया हो साडे ते छत डिग पई। ए किवें हो सकदा है यार, मेरे बदमाशन ते अज तक किसी बंदे तो कुट्टी नहीं खादी। बंदे तो कुट्टा अज भी नहीं खादी, जिन्ना नहीं तो खा गया इन्हें। ओए पिंदिया। हां जी हां जी। आ सुनन तो पहला मैं मर क्यों ना गया। ना पिंदा डॉक्टर है, इन्नू की पता तू क्यों नहीं मरया। पर यार मेरे गुंडे दा हौसला तो देख, इन्नी कुट खाण दे बाद भी तेनू चक किता लेके आए ने। साले गुंडे कादे पल्ले दा रोए फिरदा। यार हैप्पी क्यों मेरा हौसला डाउन करदा यार, जे मैं अज मेडिकल लीव ते ना हुंदा मैं आप नाल जाके तेरे चाचे तो मकान खाली करवा के आउंदा। तेनू किने कैसे टाइफाइड च साइकिल चलाना सिख। माड़ी किस्मत देख, तेथे बदमाशा बदूशा वाले कम नहीं होने। मैनू मेरे पैसे मोड़, मैं किसी ढंग दे गुंडे तो अपना कम करवा लूं। यार तेरे 20,000 नाल तो मैं हॉस्पिटल दा बिल दित्ता यार, हुण कित्थे पैसे। पोस्ट इट चेक दे दे यार, असीं बदमाश होने आ, साडे कोल चेक चुक कित्थे। बस एक मौका दे दे फिर मैं तेरे नाल जाके ना तेरे चाचे तो मकान खाली करवा के आऊं। जे ना करवाया फिर जो मर्जी कर ली यार। ओ बस एल्बम दी गल चलाई सी जी, मिस पूजा ही नहीं मानदी। अच्छा जी, तुसी कित्थे रहंदे हो? मैं बाजवा स्ट्रीट। असी भी तो उत्थे रहने आ, कदी देखिया नहीं। तुसी खरड़ वाली बाजवा स्ट्रीट रहने हो ना जी? हां जी। मैं मोगे वाली बाजवा स्ट्रीट रहना, इत्थे तां हले मैं हुणी आया अजीत नगर च। कल्ले? बहुत ज्यादा जी। हां अब मेरा मतलब हुण नौकरी मिल गई, बस हुण हाड़ी भी लाभ ही लेना। तुसी आलो घर आ गया। आहो ओ तेरी अंदर आ जाओ, अपनी भैण नूं मिलके जायो, नाले हुण केड़ा जीजा करे है। ओ भैण दे दिल च तां हैगा जी, जिन्ना चिर ओहदे दिल चों नहीं ना निकलदा आपां नहीं मिलदे उहनूं। रब करे तुहाडे मन मुटाव छेती खत्म होण। आलो जी पैसे। आ की करी जाने हो जी, हुणी तां तुसीं कहा सी कि मैं नाल आ। नहीं मेरे कोल हैगे आ। ओ नहीं जी तुसीं रहण दो, नाले 20 रुपये करके आपां इन्नी सोहणी कुड़ी थोड़ी गवाउणी जी। अब कुछ नहीं जी, तुसीं रहण दो जी बस, ठीक आ। थैंक यू, सी यू, बाय। बाय बाय जी। चल भाई अजीत नगर। ओ बस बस भाई हुण आ गया अजीत नगर। ओ पाजी हले ते असीं उत्थे ही हैगे आ। ओ तैनूं कहता ना आ गया, चल। ओ कल तो रूट ही बदल लेना मैं तां। हाय रब्बा हुण फिर पिंकी बनना पैणा। जसमीत लाडी तू अचानक बिना दसे सरप्राइज देन आई है। सो स्वीट। ना ना तेनु नी। हां समवन स्पेशल। समवन स्पेशल ते मैंने दसया भी नहीं। जसमीत पिंकी पाबी आ गए तुसी। आओ जी आओ, आ मेरी फ्रेंड है लाडी। हाय लाडी। हेलो। पता मैं तुम्हारे भरा नू मिली आज। मेनू ना दसया करो, यू नो आई हेट हिम। मुंडा ते चंगा है पर साडे व्याह दे तां खिलाफ सी ना, कई वारी तेना ते हाथ भी चुकया। खैर मैं भी अपनी ही लेके बह गई, मेरा मतलब अपनी ही लेके खड़ गई। ए आउंदे होणे आ, मैं चलदी आ। ओके बाय 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 लाडी। बाय भाभी जी। बाय। पूरा टब्बर ना चलिया नहीं है, चल अंदर चलिए। बह जा। हुण दस मुंडा लभिया ते मैनूं दस्या भी नहीं। एक्चुअली ਘਰਦਿਆਂ ਵੱਲੋਂ ਹਾਲੇ ਤਾਂ ਕੁਝ ਪੱਕਾ ਨਹੀਂ ਹੋਇਆ। ਹਾਂ ਇਨਫੈਕਟ ਮੈਂ ਡੈਡੀ ਨੂੰ ਤਾਂ ਇਹ ਦੱਸ ਕੇ ਆਈ ਹਾਂ ਕਿ ਮੈਂ ਤੈਨੂੰ ਮਿਲਣ ਚੱਲੀ ਹਾਂ ਸ਼ਹਿਰ, ਸੋ ਉਹਨਾਂ ਦਾ ਫੋਨ ਆਇਆ ਨਾ ਤਾਂ ਪਲੀਜ਼ ਹੈਂਡਲ ਕਰ ਲਈ ਤੂੰ। ਮੁੰਡਾ ਕਿੱਥੇ ਰਹਿੰਦਾ? ਮੁੰਡਾ ਰਹਿੰਦਾ ਹੈ ਇੱਥੇ ਇਸ ਸ਼ਹਿਰ 'ਚ। ਅੱਛਾ ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਉਹ ਸਾਲੇ ਹਜੇ ਜਲਦੀ ਆ ਜਾਣਾ, ਕਮ ਸੇ ਕਮ ਘਰ ਹੀ ਸੈੱਟ ਕਰ ਲਿਆ ਕਰ। ਆ ਕੀ ਜਨਾਨੀ ਵਾਲੇ ਕੱਪੜੇ ਪਾ ਕੇ ਡੋਲੇ ਬਣਾਉਣ ਲੱਗ ਜਾਣਾ, ਨਾਲੇ ਘੱਟੋ ਘੱਟ ਐਕਸੈਸਰੀ ਤਾਂ ਲਾ ਦਿਆ ਕਰ, ਜੇ ਖਰਾਬ ਹੋ ਗਈ ਤਾਂ ਕਿੱਥੋਂ ਲੈ ਕੇ ਆਵਾਂਗੇ। ਉਹ ਗੱਲ ਸੁਣੋ, ਇੱਕ ਕੰਮ ਕਰੋ ਉੱਤੋਂ ਤੁਹਾਡੀਆਂ ਗੱਲਾਂ ਸੁਣੋ, ਹੈ ਐਂ ਨਹੀਂ ਕਾਕਾ ਕੰਮ ਚੱਲਣਾ। ਮੇਰਾ ਮਤਲਬ ਹੈ ਐਵੇਂ ਨਾ ਲੜਿਆ ਕਰ ਢੋਲਾ, ਤੇਰੇ ਸੇਰਿਆਂ ਨਾਲ ਵਿਆਹੀ ਹੋਈਆਂ। ਉਹ ਕੀ ਲਾੜ ਚੜਿਆ ਤੈਨੂੰ? ਅੱਜ ਕਿਤੇ ਪਹਿਲੀ ਵਾਰੀ ਚੜਿਆ। ਅੱਛਾ ਜੀ ਜਿਹੀ ਗੱਲ ਆ ਨਾ, ਤਾਂ ਆਪਣੇ ਮੀਆਂ ਲਈ ਚਾਹ ਬਣਾ, ਰੋਟੀ ਬਣਾ, ਹੁਣੇ ਲੈ ਕੇ ਆਉਣੀ ਆ। ਆ ਜਾ ਲਾਡੀ ਭੈਣ। ਲਾਡੀ
दफा आवो तुसी सारे, मैं थोड़े ना चक्करां च अपना घर नहीं खराब करना। मैं लाडी नूं सब सच दसन लग्गिया। ओह दिमाग तां नहीं खराब हो गया तेरा? उन्हें जाके जसमीत नूं दस देना ते जसमीत ने सूबेदार नूं। ओह नहीं दसदी यार। ओ हीरो कुड़ियां दे ढिड च नहीं कोई गल बचदी? ओहदे पज जांदी आ बई, ओहदे पज जांदी आ बई। क्यों कबड्डी खेडदे रही आ? साले एवें पकाई मारी जांदे आ। मैं हजे भी कहना प्लीज़ एक घर पिछे इन्ने सैल्फिश ना बनो, घर आपां नूं होर भी मिल जू। पर जे मेरी लाडी दा विआह कितें होर हो गया ना तां मैं कासे जोगा नहीं रहिणा। अच्छा एक काम कर, अगे भी अपना गुजारा झूठ से ही चलता ना, एक झूठ होर बोल के वेख ला लाडी नूं कि तू विआह क्यों कराया। हाँ जे ना गल बनी फिर भावें सच बोल दी। और नाले चार अपने बैग आ चक के चलते बनांगे। पर मैं उन्हें झूठ बोलूँ की? कहती लदेन की भैन है, धमकी दे के विआह कराया। बस करो मामा, मैं आपे को सोच लूँ। पर तू ना सामने आ जी, जे तेनू उन्हें पछाण लिया ना तो चार जन का पत्ता साफ हो जाना। ओए इट दे बादशाह, साडे पत्ते लिबड़ी रहने जाके अपनी चिड़िए की बेगम सांभ। जा दीदी। चल साली, तेरी सौकल लैन गया। लाडी क्यों आया तू इथे? ए देखण नहीं कि लाडी जिंदा है कि मर गई? मैं अपनी लाडी नूं रोंदे हुए नहीं देख सकदा, इसलिए आया। जस्ट प्लीज तू मेरे नाल ना होर झूठियां गल्लां ना कर, इन्ना वड्डा धोखा, मेरी की गलती सी? यार मैनू मजबूरी च सारा कुछ करना पिया। एहो जी केड़ी मजबूरी सी कि तेनू व्याह कराना पै गया? मैं एक दिन स्कूटर ते जा रहा सी ते पिंकी ने डैडी सड़क ते लुक पाउंदे सी, मेरा स्कूटर उन्हां च वज्जिया ते उन्हां नू पोलियो हो गया। पोलियो स्कूटर च वज्जण नाल? नहीं ओ गर्म लुक च डिगण नाल। जदों उन्हां नू लुक चो कढ़िया तां उन्हां दी बॉडी पक्की सड़क वांगू आकड़ गई। मैं उन्हां नू अपने पेंचर होए स्कूटर ते हॉस्पिटल लै गया। डॉक्टर ने उन्हां नू बचाउण लई इंजैक्शन लाया ते पक्की लुक करके उन्हां दी बॉडी च सूई ना लगी। डॉक्टर ने लुक तोड़न लई उन्हां दी हथौड़ी मारी, लुक तां की टुटणी सी, उन्हां दी 8-10 हड्डियां टुट गईआं ते उन्हां नू पोलियो हो गया। पर इन्हां सारीआं गल्लां दा तेरे व्याह नाल की कनैक्शन है? साली मैं भी गल किसे होर फसे लग गया। ओ पिंकी ने डैडी ने जदों मैं हॉस्पिटल तों घरे लैके आ रहा सी तां उन्हां ने दस्सिया पिंकी नू कैंसर आ ते उन्हें 2 महीने तुर जाणा ते उहदे डैडी ते उहदी इच्छा कि उह सुहागण मरे ते इंसानियत दे नाते मैं तुरिया नहीं गया ते मैं विआह करा लिया। पर जस तेनू मेरा एक बार भी ख्याल नहीं आया? हर साल आला है तेरा ख्याल, 20 दिन हो गए ब्याह होए नू, हजे तक अड्ड सोने आ, वह भी परां नू मुंह करके। क्यों? ओ पिंकी दी आखरी इच्छा सुहागण मरन दी आ, मां बनती थोड़ा ना। ओ जस तू दिल दा किन्ना साफ है ना। आई नो, तू मैनू माफ करता ना। थैंक यू। अच्छा डैडी नू ते मैं समझा लांगी, हुण ना बस तू छेती छेती वेला हो जा, ठीक है? फिर आपां दोनों व्याह करा लिए। हुण पिंकी नू आपां आपता मारनो रहे, तू थोड़ी जी वेट कर, आपां ते चौथे वाले दिन ही व्याह करा लांगे। पर मैं कहना गलत समझा ना पिंकी भाभी नू? ओए भाभी नहीं, फिर तो आपां दोनों भैण भरा हो जांगे। हाँ ओ सच, सॉरी मैं ना पिंकी नू मिल लैनी आ। ਚਿੜੀ ਉੱਡ ਉੱਡ ਕਾਂ ਉੱਡ ਉੱਡ ਗਾਂ ਉੱਡ ਨਾ ਹੈ ਕਿਵੇਂ ਉੱਡੋ? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ। ਕਾਲਾ ਛਿੱਤਰਾ ਚੱਲ, ਕੋਤਾ ਉੱਡ ਨਾ, ਬੋਤਾ ਉੱਡ ਜਮਾ ਹੀ ਨਹੀਂ। ਚੱਲ ਕੁਛ ਤਾਂ ਉਡਾ ਲੈ ਹੁਣ। ਆਕੜਾ ਗਿਆ ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣ ਦੇਖੀ ਜਾਣੇ ਮੋੜਨ ਸਾਲ ਨੇ ਤੰਗ ਕਰ ਲਿਆ। ਹੈਂ ਪਿੰਕੀ ਭਾਬੀ, पिंकी भाभी, लाडी सॉरी पिंकी, आई एम सो सॉरी, मैं तुहानू किन्ना गलत समझिया। जस ने मैनू दस्या तुहाडे डैडी बारे। डैडी बारे? डैडी वाला तां जी बड़ा ही चंगा हो गया। थैंक यू सो मच। हाँ मैं समझ सकती हाँ तुहानू किन्ना वड्डा शौक लग्या। शौक वैसे किन्ने क दिन रह गए ने इन्हां दे कोल? 9 महीने तो लगती है जी। जज्बा होना चाहिए औरतों के विच इस नाम मुराद बीमारी ना लड़न दा। सारे बोलो मैला समती कंट्रोल। ओके कंट्रोल ओके, कुछ नहीं। अब तुसी अपना मुंह क्यों लुकोया है? इनू कैंसर है ना, एदा परछामा मेरे होन वाले बच्चे ते ना पै जे इस करके। अच्छा जी, वैसे तुसी इना दा खास ध्यान रखना प्लीज। पक्का प्रॉमिस।
जे कुछ भी हो जाए ना तुसी मैनू सद लेना। जे मैनू कुछ हो गया तुहानू तां यही सदणगे ना, मैं तां मर गई होऊंगी, पर तुसी आयो जरूर मेरे भोगते, मैनू बड़ा चंगा लगूगा। ओहो प्लीज पिंकी तुसी एहो जिहियां गल्लां ना करो, जिन्ने भी दिन हैगे ना हस खेड के बताओ ना, इंजॉय करो। बस तुसी एदां ही आ जा करो, मेरी तां एंजॉयमेंट ही है जी। ते तुसी इन्हां दे नेड़े रहा करो, इंज थोड़ी फैलदा कैंसर। पक्का प्रॉमिस। पिंकी अपना ख्याल रखियो। मैं चलती हूँ जी। चलो हाँ ओके बाय बाय। हाय जफ्फी पा गई आणा स्वाद आ गया साले। तू साला बड़ी जफ्फी पाणा से दसा तेनु। ओए 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 तू मैं सूट वाले नु जफ्फियां पा सकदे ने। हां चल आ जा भाई, चल नहीं पेने बिल की के आईए। सत्या जी सत्या जी आया नू। आलो जी लाओ जी। तुसी अंदर ही आ जाओ जी। हाँ जी आ जाओ जी आ जाओ। की खाओगे? शबील जी काफी कुछ बने। शबील जी तो दो ही चीजा बनिया जी। थैंक यू तो तुहाडा मैडम जी, तुसी शबील ते आए, ਤੁਹਾਡੇ ਨਾਲ ਵਕਤ ਗੁਜ਼ਾਰ ਕੇ ਮੈਨੂੰ ਕਿੰਨਾ ਚੰਗਾ ਲੱਗਦਾ ਤੁਹਾਨੂੰ ਨਹੀਂ ਪਤਾ। ਰਾਣੂ ਜੀ ਮੈਨੂੰ ਨਾ ਕਿਸੇ ਹੱਥ ਵੇਖਣ ਵਾਲੇ ਨੇ ਕਿਹਾ ਸੀ ਕਿ ਮੇਰਾ ਵਿਆਹ ਨਾ ਕਿਸੇ ਸਕੂਲ ਦੀ ਮਾਸਟਰਨੀ ਨਾਲ ਹੀ ਹੋ ਜਿਹਦੇ ਘਰ ਦੇ ਸਾਹਮਣੇ ਪਿੱਪਲ ਹੋ। ਆ ਪਿੱਪਲ ਹੀ ਆ ਨਾ ਜੀ? ਮੈਂ ਚਲਦੀ ਹਾਂ, ਬਹੁਤ ਦੇਰ ਹੋ ਗਈ, ਬਾਹਰੋਂ ਮੇਰੀ ਦੀਦੀ ਆਏ ਹੋਏ ਨੇ। ਠੀਕ ਹੈ ਜੀ। राणो। हाँ जी दीदी। कौन सी है मुंडा? ओ पाली। अब इसी पिंड च काम करता है। की काम करता है? ओ पोल्ट्री फार्म च डी पिकर है। डी पिकर? हाँ मुर्गियां दिया चुंजा वड़दा है। उन्हें शबील लाई सी ता करके मैंने छड्डन आ गया। इन्नी की गल है ना? तुहानू की लगता है मुंडा चंगा है ना? चंगा तो अपना केबल वाला जैली भी बहुत सी, असी एक दूजे नूं पसंद भी बहुत करदे सी। उनू वेखण दे बहाने तो मैं घर दी केबल खराब कर दिया करदी सी। जे उस वेले मम्मी डैडी ने समझा के जैली नूं छड़ के तेरे जीजे नाल मैनू व्याह करन नूं ना कहा हुंदा ना, तो शायद अज मैं अपने बच्चों एक चंगा फ्यूचर ना दे सकदी। पर दीदी ये भी तो हो सकता है ना, कल नूं मेहनत करके पाली वधिया सैटल हो जाए। आने वाले वक्त ने अपनी बुक्कल च कील को रखे, ये आपां नूं किसे नूं नहीं पता। ये चंद तारियां दी रोमांटिक गल्लां व्याह दे मगरों जदों दुध प्याज दे रेटां च बदल जांदियां ने ना, उदों जिंदगी दी सच्चाई पता चलदी है। जैली अज भी केबल दे कनैक्शन दिंदा फिरदा, उहनूं वेख के ना मैं डर जांदी हां कि जे मैं इहदे नाल व्याह कीता हुंदा तां मेरी जिंदगी की हुंदी। पर दीदी ये जरूरी तां नहीं ना, जो जैली नाल होया उही पाली नाल भी होवे। देख राणो मैं समझ सकती हूँ, तू अज जिहड़े मोड़ ते खड़ी है ना, मैं इस मोड़ तो अज तो 10 साल पहला वापस मुड़ गई सी, ते मैनू कोई पछतावा नहीं इस गल दा। मैं तेरी वड्डी भैण आ, तेरा बुरा नहीं चाहूंगी। मेरा देवर कैनेडा तो अगले हफ्ते आ रहा है, उन्हें तेरी फोटो वेखी सी, उहदे वल्लों तो ऑलमोस्ट हाँ है, मम्मी पापा नूं भी रिश्ता पसंद है। बाकी तू समझदार है, फैसला तेरे हाथ च है। Jess?
हेलो हेलो लाडी। हाँ यार प्लीज एक बार छत पे आ जा, तेरे ना जरूरी गल करनी है। जस मैं तेनू मिल नहीं सकती, तू जो भी गल करनी है फोन ते कर ले। फोन ते भी क्यों करनी है, मैसेज लिख के भेज देना, एमी भाख आई जानी है। आ जाना यार प्लीज। पर जे किसी ने देख लिया ते? उस सारे सुते पे है, जमी सीक्रेट मीटिंग। आ जाना यार। अच्छा ठीक है, आ रही हूं। आजा आजा। किया? यार बड़ी जिद्दी है तू। चल। जे किसी ने देख लिया ते? वो कोई नहीं देख रहा। सारे सुते पे। तू मेरे ना सीक्रेट मीटिंग करनी सी। तू चलता सही, दस्ता मैं। तेरी सालिया, तेनू मेरे वाली मिली सी। ओ पाली सौण दे यार। ए साले किथे गए? एमी नू कोई पंगा पा लेना। अच्छा दस केड़ी सीक्रेट गल करनी सी? यार तेनू देख के ना एक शेर याद आ गया। अच्छा केड़ा? कितनी हसीन ये आज की रात है, एक चांद आसमान में और एक मेरे पास है। वाह हो गया, हुन दस केड़ी गल करनी सी। शकल विखा, इधर नू दिखा मू। तेरी शकल तो सलिया नीरू ना बहुत मिलती है। मैं उन्हां दा ही जुड़वा भाई हां जी। साले सारे पंजाब दे जुड़वे साडे घरे इकट्ठे होने सी, तू करन की आया इत्थे? भैन जी उन्हां नूं मिलण आया सी जी। इस वेले साले अद्धी रात नूं तां लोक मशूक नूं मसा मिलण जांदे आ, तू भैन नूं मिलण आ गया? हां अच्छा, अज 12 बजे तों बाद रखड़ी शुरू होणी आ ने जी। ओ मेरा जीजा मैनूं कुटदा बहुत है, मिल नहीं दिंदा जी। बस फिर मैं लुके रखड़ी बनाउण आया सीगा जी। अच्छा पा के ਸਾਲਿਆ ਇਹ ਜੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ, ਤੂੰ ਸੁੱਤੀ ਨੂੰ ਜਗਾਉਣ ਆ ਗਿਆ। ਤੈਨੂੰ ਜੀਜਾ ਬਾਅਦ ਚ ਕੁੱਟੂ, ਪਹਿਲਾਂ ਮੈਂ ਕੁੱਟੂ। ਤੂੰ ਤਾਂ ਕਿਹਾ ਸੀ ਕਿ ਇਹ ਸੀਕ੍ਰੇਟ ਮੀਟਿੰਗ ਹੈ। ਯਾਰ ਮੈਨੂੰ ਥੋੜਾ ਨਾ ਪਤਾ ਸੀ, ਮੈਂ ਤਾਂ ਆਪਣੇ ਵੱਲੋਂ ਸੀਕ੍ਰੇਟ ਹੀ ਰੱਖੀ ਸੀ। ਇਹ ਕਿਹੋ ਜਿਹੀ ਸੀਕ੍ਰੇਟ ਮੀਟਿੰਗ ਹੈ ਜਿੱਥੇ ਸਾਰਾ ਟੱਬਰ ਇਕੱਠਾ ਹੋਇਆ ਹੈ? ਕਾਹਦਾ ਰੌਲਾ ਪਾਇਆ ਤੁਸੀਂ? ਉਹ ਮੈਂ ਕਾਹਦਾ ਰੌਲਾ ਪਾਉਣਾ, ਤੇਰਾ ਸਾਲਾ ਆਇਆ ਸੀ। ਮੇਰਾ ਕਿਹੜਾ ਸਾਲਾ? ਆਹੋ ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ, ਉਹਨੂੰ ਸਾਲੇ ਦੀ ਸੁਆਹ ਆਉਣੀ ਹੈ। ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ। ਨੀਰੂ ਦਾ ਜੁੜਵਾ ਭਰਾ? ਓਹ ਅੱਛਾ ਉਹ ਸਾਲਾ ਆਇਆ ਸੀ ਤੇ ਤੂੰ ਦੂਜੀ ਦਾ ਸਮਝਿਆ? ਹੁਣ ਕੀ ਮਤਲਬ? ਕੁਛ ਨੀ, ਸੌ ਜਾ ਕੇ ਬੌਂਦਲਿਆ ਫਿਰਦਾ। ਹਾਏ ਹਾਏ ਆ ਜਾ ਨੀਰੂ। ਹਾਏ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ? ਹੈ ਕੀ ਹੋਇਆ? ਕੀ ਹੋਣਾ? ਕੀ ਆ, ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ, ਗੋਡਾ ਬਣਾ ਕੇ ਚਲਿਆ ਗਿਆ। ਹਾਏ ਮੇਰੇ ਭਰਾ ਦਾ ਗੋਡਾ, ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ? ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ, ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੀ ਹੱਥੋਂ ਸਾਲੀ ਨਿਕਲਦੀ ਹੁੰਦੀ ਆ। ਹਾਏ ਰੱਬਾ, ਹੁਣ ਮੈਂ ਰੱਖੜੀ ਕਿਹਦੇ ਬੰਨੂਗੀ? ਯੱਬਲ ਦੇ ਬੰਦ ਹੈ ਸਾਲਾ, ਯੱਬ ਹੀ ਨਵੇੜ। ਕੀ? ਕੁਛ ਨਹੀਂ, ਸੌਂਦਾ ਜਾ ਕੇ ਸਵੇਰੇ ਗੱਲ ਕਰਾਂਗੇ। ਠੀਕ ਹੈ ਚਲੋ। ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ। ਤੁਸੀਂ ਇੱਥੇ ਬੈਠੇ ਹੋ, ਮੈਂ ਤੁਹਾਨੂੰ ਕਲਾਸ ਰੂਮ ਚ ਲੱਭ ਰਹੀ ਸੀ। ਅੱਛਾ ਫੋਨ ਵੀ ਹੈਗਾ ਮੇਰੇ ਕੋਲੇ, ਇੱਦਾਂ ਔਖੇ ਹੋ ਕੇ ਕਿਉਂ ਗੱਲ ਕਰ ਰਹੇ ਹੋ? ਫੋਨ ਆਇਆ ਸੀਗਾ ਭੈਣ ਦਾ, ਜੋ ਵੀ ਘਰੇ ਹੋ ਰਿਹਾ ਨਾ ਠੀਕ ਨਹੀਂ ਹੋ ਰਿਹਾ ਜਸਮੀਤ। ਤੇ ਤੁਹਾਨੂੰ ਲੱਗ ਗਿਆ ਪਤਾ, ਦੇਖ ਲਓ ਇੱਕ ਵਿਆਹਿਆ ਬੰਦਾ ਕੀ ਕਰ ਰਿਹਾ। ਨਾ ਵਿਆਹਿਆ ਬੰਦਾ ਇਹਦੇ 'ਚ ਕੀ ਕਰੂਗਾ ਜਦੋਂ ਸਾਹਮਣੇ ਵਾਲੇ ਗਲਤ ਹੋਵੇ ਤਾਂ? ਆਹੋ ਤੁਸੀਂ ਵੀ ਨਾ ਕੁੜੀ ਨੂੰ ਗਲਤ ਸਮਝਿਓ, ਗਲਤੀ ਤੇ ਜੀਜੇ ਦੀ ਵੀ ਹੈ।
दुख हो रहा मैनू कि जिहड़े बंदे नू मैं दिल च इन्नी थां दित्ती ना वो अज मेरे सामने इदां दीआं गल्लां करदा। बाबू मैं मंदियां कुड़ी दी वी गलती है पर जस तां उस तों वी वड्डा कसूरवार है ना। फोन करके तां जस ने ही लाडी नू छत उत्ते बुलाया सी। हां लाडी नू? हाँ मैं उन्होंने दोवें दे पिछे छत ते वी गई सी ताकि उन्होंने दोनों नू उत्थे ही समझावां पर उस तों पहलां ही घर च नवां पंगा खड़ा हो गया। देखिया जीजे दी इन्हां गल्लां करके तां मैं नफरत करदा उन्हूं। इन्हां दा तां टब्बर ही इदां दा। तुहाडी नफरत वी ना जायज़ है। वैसे तुसीं वी सही कहने हो लाडी दी गलती नहीं सी। बड़ी छेती मेरी हां च हां मिलाती। ओ ता जी हुण सारी उम्र ही मिलाउणी है ना। मतलब? मतलब ए कि मेरे दिल च इक गल आ जो मैं कहनी चाहना। मैं व्याह कराउणा चाहना तेरे नाल जसमीत। की होया चुप क्यों हो गए? तुहानू मेरे चाचा जी नाल गल करनी पैनी है। वो मैं कर लूंगा। कले नहीं तुहाडी भैण पिंकी नू भी विच पाना पैना है ताकि चाचा जी नू तुसी थोड़े जे फैमिली वाले लगो। क्यों होया गवाच क्यों गए? ठीक आ पहला भैण गल कर लू फिर मैं गल कर लूंगा। नहीं जी दोवें कठे वो भी अज ही। कठे? हाँ अज रखड़ी भी है ते रखड़ी बनाने दे बहाने भैण नाल व्याह दी गल भी कर लियो है ना। दुश्मनी ते जीजे नाल है ना। हाँ, पैण नाल ते नहीं, नहीं फिर अज रखड़ी है यार वीर बन के अज मेरी भैणे बन जा। ओ चल ओए कदे मेनू नीरू बना लेना कदे भैण बना लेना दफा हो। ओ यार दरअसल जसमीत चाहुंदी है कि मैं अपनी भैण तो ना रखड़ी बनावा नाले उहने रिश्ते दी गल करनी आ ते तो बिना नहीं होना यार वीर बन के मान जा। करना की है पिंकी भाभी? सब ठीक हो जू दीदी सब ठीक हो जूगा सब ठीक। भाभी की होया तुहानू? इन्हां दे कैंसर दी मियाद मुक गई। मतलब? मतलब कैंसर बहुत बढ़ गया है। देखो तो सी बेचारी दी की हालत है ठंड नाल किवें कंब रही है। ऐ जे ठंड नाल कंब रही है ते तुसी उतो पक्खी क्यों चली जा रहे हो? ओ ए मैं तबीयत गर्म करके लेके आई सी ताकि इहनू गर्म हवा दे सका। हां सब ठीक हो जू सब ठीक हो जू। भाभी अज ना बब्बू इत्थे आ रहा है। मैं इस हालत विच ਵਿਆਹ ਦੀ ਗੱਲ ਕਿੱਦਾਂ ਕਰੂੰਗੀ? ਤੁਹਾਨੂੰ ਕਿਵੇਂ ਪਤਾ ਉਹ ਵਿਆਹ ਦੀ ਗੱਲ ਕਰਨ ਆ ਰਿਹਾ? ਫੋਨ ਆਇਆ ਸੀਗਾ ਨਾ। ਭਾਬੀ ਉਹਨੂੰ ਘਰ ਆਉਣ ਤੋਂ ਰੋਕਿਓ ਨਾ ਨਾਲੇ ਅੱਜ ਰੱਖੜੀ ਵੀ ਹੈ ਨਾ ਉਹਨੂੰ ਮਿਲ ਵੀ ਲਓ ਹੈ ਨਾ ਆਪਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਕਰ ਲਾਂਗੇ। ਠੀਕ ਹੈ ਠੀਕ ਹੈ ਨਾ। ਤੁਸੀਂ ਇਹਨਾਂ ਦਾ ਧਿਆਨ ਰੱਖੋ ਪਲੀਜ਼। ਮੈਂ ਚੱਲਦੀ ਹਾਂ। ਹਾਂ सब ठीक हो जाओ दीदी फिक्र ना करो मैं थोड़े वास्ते नींबू पानी बनानी है बिल्कुल ठंडा ठंडा। ठीक है नींबू पानी बनानी है दीदी तुसी फिक्र ना करो। हाँ उठ साड़िया घंटा पखा चलाया मेरे तो। चाचा जी अखबार। थैंक यू। प्याज 100 रुपए किलो साले प्याज ना होगे रम की बोतल होगी। सब्जी लैन चली सी। चलो नहीं नहीं मैं चली सी। दस के तो आए गई है जे मैं खसम नू दस के जाईदा लगदा गल पॉजिटिव हो रही है। मामा ने शर्तां ला ला के दो दो सेम जम्मे। जसमीत इसलिए बुलाया मैनूं इत्थे मैं रिश्ता लेके आया ते ए मेरी बेइज्जती करी जांदे आ। उत्ते चलिए उपर भी चले चलदे आ। ए थाली कदे लई चक्की आ? जट्टां दे शगन दे विच जां रिंग पैंदी है जां रफड़। मैं नहीं बननी रखड़ी पिंकी भाभी ने बननी है। हां जी
चलो उत्ते पिंकी भाभी की तबीयत ना बहुत खराब है। की होया पिंकी नू? अब कैंसर हो गया जी। ओ शुक्रा भरावा मैं तो डर ही गया सी कि ज्यादा बीमार आ। आजो जदों आई सी चंगी भली सी, दो दिन च इकट्ठी होगी। पिंकी भाभी देखो ते कौन है? मैं देखदा ना। भैने ठीक है ना तू? मैं तो तुन मैं ना 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 बोल ना, एवें जे खंग आ गई ता सारे नु कैंसर हो जूगा। एक कैंसर लागदी बीमारी हुंदी है, किते नीरू नु ना हो जावे, ए तां नौदियां भी इकट्ठियां ने। चाचा जी भैने मैं जसमीत नाल विआह कराउणा चाहुंदा, तैनू पसंद आ ना? रिश्ता मंजूर आ ना? दसो चाचा जी मुंडा ओके आ? मुंडा तो ओके आ, पर मैनू भैन नहीं बहुती ओके लगदी। कैंसर है ना? चलो जी चाचा जी वालों तो ओके आ। भाभी हुन ना तुसी इन्हां नूं रखड़ी बन्नो। ना 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 रखड़ी नहीं, कैंसर आ भैण नूं। ओए कैंसर ही आ, कोई पासा तां नहीं मरिया के हाथ पैर नहीं चलदे। बन्नो रखड़ी। आ ले लै भैणे औखी सौखी बन्न दे रखड़ी। ओए रुपए बना ला रखड़ी, सोने दे रजाई चक लो। ओ नहीं नहीं कंबड़ी लगदी है ना। ओ यार कंबड़ी नूं असीं कांगड़िया के रखड़ी बन्न लगे। ओ मैं तां जी बीमारी करके कहना, लो बन्नी गई। हां हां हुन ठीक आ, चलिए चलो। हां एक तो मिनट लाउंदी है कामरेड डांगू बाह खड़ी करनू, हुण की कहंदी है? भैण कहंदी है वी मेरे जिउंदे च विआह कर दिओ। ओ यार विआह च इहने लुड्डियां पाउणियां, हथ पैर ते चलदे नहीं। चलो कैंसर वाले कोल बाह च नहीं खड़ी दऊंगा। चंगा भैणे अपना ख्याल रखी। लै वी बबू तेरा ता हो गया टांका फिट। तेरा भी ता हो ही गया। साला एदा किदे नाल हो गया? साला सूबेदार नाल। हां साले दे सिर च बोतल मारू मैं। आ वीर जेती कर। नहीं आ ता भरी हुई है खाली करके मारू। हूं दसा एक गल है, सूबेदार साले ने तंग कीता पिया, कदे ता मेनू बुगी बुगी कहू, कदे कड़ा लेके आजू, कदे चिकन लेके आजू, साला इंप्रेस करन दा मारा। बड़ा दलजीत बनदा है। हाय आ नीरू किवें है? नीरू किवें है? दारू पिया पिया मारता पतंदरा ने। की करती सी? डोंट डिस्टर्ब। उल्टी करती सी नीरू। नीरू डुब जानी है, तू एक ही कारा कर लिया। कुछ नहीं होया जी। अजे कहनी है कुछ नहीं होया, सारा कुछ तो हो गया। मैं तेनू कल ही नु मंगया सी, ना के बाय वन गेट वन फ्री मंगया सी। मेरी गल तो सुनो। की सुना हुन? सुनन नु की रह गया बाकी? अजे तां तेरी घर वाले नाल बणदी नहीं, जे बणदी हुंदी तेरा की बणदा? तू तां उल्टियां कर कर खाली हो जांदी। मेरे नाल तां जटिया प्रेम रोग वाली कीती, पवरे ने खिलाया फूल, फूल को ले गया राजकुमार। चल मेरे नाल हस्पताल। कद लई तेरा भार घटाउण लई? हाय ला छत थले कोई बगानी शह नहीं पल सकदी। मैं चार किराएदार रखे सी, मैं इत्थे पंज मानी रहण देना। चल चल जल्दी जल्दी कर, मेरी गल जल्दी कर, मेरी गल तो सुनो। चल मेरे छोड़ा मिठा, चल चल मेरी लाडो, मेरी गल तो सुनो। मेरी चल तुर तुर, हुण बीचर दी क्यों आ? तुर बैठे थे, बैठ बैठ बैठ। डॉक्टर साहब सानू ये बच्चा नहीं चाहिदा। हां जी सानू ये बच्चा नहीं चाहिदा। पति होगे तो नहीं जी गल करदे, शर्म नहीं आंदी? डॉक्टर साहब मैं तुहानू किवें समझावां ये बच्चा किसे किसे दूसरे पति दा? हां हुण शर्म आउंदी है डॉक्टर? ओ थोड़ी शक्ल तां उहनां नाल मिलदी है। हां इहदे जुड़वे भरा नाल मिलदी है, पर तुसीं इस गल तों की लैणा? जे तुसीं होर देर करती दुनिया ते तीसरा हमशक्ल आ जाणा। तुसीं जल्दी करो प्लीज़। पर करना की है? मैं दसणा की करना? तुसीं जो मर्जी करो, पर सानूं इह बच्चा नहीं चाहीदा। मेरी गल तां सुणो। की सुणां मैं तेरी गल? जे तां विश्वास तां चक्किआ गिआ, किते मैं तो हथ ना चुकवा ली। साला सोहणी जनानी ते हथ किते चक्कण नूं जी करदा? जल्दी करो डॉक्टर साहब प्लीज़ जल्दी करो। तुर 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 जल्दी कर। पता नहीं हुण अंदर जाके किड्डे किड्डे टीके लाउणगे। वैसे डॉक्टर साहब तुसी पहला थिएटर करदे सी ना? हाँ जी दिने मैं क्लिनिक च काम कर दिया ते शौक लई थिएटर कर दिया शाम नू। पर थोनू किवें पता? ओ थोड़े ब्रदर ने दस्या होना। खैर तुहानू ब्रदर नाल भी मिलाई दिनी आ। अच्छा ओ भी नाल आए ने? नाल कानू आए ने? आई एम सॉरी नीरू, मेरे करके तेनू किन्नी तकलीफ सहनी पै रही है, पर साले पाली दी हिम्मत किवें पई?
शहर तो तुसी एक्टर बनन आए सी, पर थोड़ी जिंदगी तो ड्रामा बन के रह गई। ड्रामा तो ठीक सी, पर जो बाहर बैठा ना ये मैनू ड्रम बनाउन फिर नदियां कढ़। चल चल के उन्हूं दस भी सब ठीक है। टेंशन लेने की कोई गल नहीं, थोड़ी जी बदहजमी सी हुणे ठीक ने। डॉक्टर साहब चंगी तरह चेक कर लिया ना, होर कितने कल खट्टियां बीयां चूसन लगी मेरा तो सारा खून ही चूसया जाना। टेंशन ना लो जी, बदहजमी करके थोड़ी जी उल्टियां लग गया सी। बाकी तुसी खुशी खुशी अपनी घरवाली नू घर लेके जा सकते हो। चंगा भाभी जी। सूबेदार साहब हुणा सुनसान रात क्यों आ गए तुसी? इस करके के सानू कोई डिस्टर्ब ना कर सके। सब तो ज्यादा डिस्टर्ब तो तू करदा। की कहा? कुछ नहीं, तुसी स्कूटर चलाओ। स्कूटर की मैं सवा चलावा? मैं तो साले साह चलने औखे हुए पए ने। तू इधर आ, इधर किधर मुका के रहूगा जट? मेरी गल सुन नीरू, मैं बहुत थकया हुआ, अज मैं तेरे नाल इत्थे गल मुका के घरे जाना जां तेरे नाल जब मुका के घरे जाना। हाय अल्लाह। देख नीरू, तू मेरे नाल व्याह करा ला, मैं तेनू अपने सारे मैडल पा दूंगा। पर ब्याज ता जी मंगल सूत्र पाई दा। ओ यार, बंदे ने अपने प्रोफेशन मुताबिक ही पाने हैं, और जे हुण मैं फौजी हां तां मैडल ही पाऊंगा। देख, एक ना एक दिन तेरे घर वाले ने तेनू छड़ जाना, मेरे को लिखा ला। भावे सारा पिंड मर जाए जी, पर तुहानू लंबड़दारी नहीं मिलनी। की मतलब? भावे वह छड़ भी जान, मैं तां वी तुहाडे नाल व्याह नहीं करवाउणा। की गल? शाहरुख खान सोची फिरदी अपने लई? तेनू तां घुग्गी भले वर्गे टक्करने आ। मैनू तुहाडे तों डर लगदा है। ओ यार, मैं कृपाल सिंह गिल ना के केपीएस गिल जिहड़ा तेनू मेरे कोल डर लगदा। हैप्पी, इस साला जोकर जे इत्थे वी आ गया। जोकर रहू तेरा प्यो। सालिया, तेरा भी तां दादा लग्गिया। लगी जावे स्वीटी, यही आओ जनानी जिन्ने तेरे पल्लेदार फेंटे सीगे। स्वीटी 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 स्वीटी, तू ठीक है? नहीं तो बादशाह जी। ओके ओके ओके। चाचा तू है जनानी छड़ दे। आए के मैं छड़ दा, मसा तो हाथ आई है। यार हैप्पी, ये है कौन? अंडरटेकर दी भैन। झूठ बोलता है वो, अंग्रेज है पंजाबन, नाले गोरे तो वैसे नहीं किसी भैन बनाते। चाचा तू मकान छड़ना के नहीं? नहीं छड़ना। साले देखते की हो, चक लो जट एंड जूलियट नू। ये तो पहले भी कुट खा के गई सी चाची तो, तू आप चल के लड़। चल अजा, ना ना ना, ये तो अपनी चुकना मेन है। सच्ची कह पाजी, पाजी मैं मेन है, पाजी दस्से नहीं ने, आ देखो। अच्छा मेन आ तू? मेन आ तू? साले तू आ मेन, तेरा पहला मेन सोची बंद करा। ओ चुल्ले अग ना कड़े दे विच पानी, ओ छड़िया दी जून बुरी, ओ छड़िया दी सच्चियों बुरी है यार। हुण फिर स्टोव नाल मत्था मारना पैना। तू आ जा यार, मैं कड़ा बनाने लग्या सी। भाई बब्बू मेरी जॉब लग गई। बधाइयां हो गई फिर तो। पर तू आ की बने फिर तो? छड़ मेरा, मैं तो घरे सीगा। भाई सरकारी बैंक च क्लर्क की जॉब लग गई। यार बहुत वधिया हो गया, देखी एक करके आप सब ने सैट हो जाना। मेरी मम्मी कहती हुंदी सी वी जिदन घरे खुशखबरी आवे ना मिठा जरूर बनाईदा। देख ला मैं पहले ही कड़ा दी तैयारियां खिंची बैठा, आ जा करिए ट्राई। चल देख के खोलेंगे तो सूबेदार ना हो। हट जो पासे वे साले, मैं नहीं बचदा अज। उस साले होया की आ? आ तेल दे, अपने आप नु अग ला के मरू मैं। ओ कड़ा बनाउणा इहदे नाल कड़ा ना? साले तुहानू केड़ियां खुशियां चढ़ियां ने जिंच कड़ा बनाउण नु फिरदे हो। उधर सूबेदार मेरा कड़ा बनाउण नु फिरदा, ओही खा लियो फिर। होया की आ दसेगा ना? तुहानू केड़ा पता नहीं सूबेदार दीआं हरकतां दा। साले पता तेरे ते ट्राई चलदी आ, पता नहीं की कुछ चलदा। अपनी इज्जत बचाउण मारे घट दस रहा मैं। अज पता की होया? मैनू जच्चा बच्चा जांच केंद्र लै गया मेरा बच्चा चेक कराउण लई। ओ मैं थप्पड़ मारू साले, ओ मेरे नाल ब्याह कराउण नू फिरदा हो। गल सुण लो मेरी दोने जाने, जां तां अज इह कमरा छड्डो जां फिर आउंदा थोड़ा पतंदर उहनू सारी सच्ची गल दसो। ओ ऐ किवें दस दो ए? यार जे उहनू पता लग गया ना इह बंदा, ਉਹਨੇ ਤਾਂ ਮੇਰਾ ਵਿਆਹ ਨਹੀਂ ਹੋਣ ਦੇਣਾ ਸੀ ਸੁਮੀਤ ਨਾਲ। ਸ਼ਾਬਾਸ਼ੇ, ਆਪਦਾ ਘਰ ਵਸਾਉਣ ਲਈ ਸਾਲਿਓ ਮੇਰਾ ਸਾਰਾ ਕੁਝ ਜਾਰੀ ਚਲੋ, ਹੈਨਾ ਯਾਰ ਡਿਪਟੀ? ਆਪਾਂ ਬੱਬੂ ਦਾ ਵਿਆਹ ਵੀ ਤਾਂ ਕਰਵਾਉਣਾ, ਜੇ ਸੂਬੇਦਾਰ ਨੂੰ ਸਾਰਾ ਕੁਝ ਦੱਸਤਾ ਉਹਨੇ ਇਹਦਾ ਜਸਮੀਤ ਨਾਲ ਵਿਆਹ ਨਹੀਂ ਹੋਣ ਦੇਣਾ। ਉਹ ਤੂੰ ਚੱਲ ਓਏ, ਇਦੂ ਤਾਂ ਮੈਂ ਪਿੰਡ ਰਹਿ ਕੇ ਸਰੂਪਨਖਾ ਦਾ ਰੋਲ ਕਰੀ ਜਾਂਦਾ, ਘੱਟੋ ਘੱਟ ਲੋਕ ਇੱਜ਼ਤ ਕਰਦੇ ਸੀ, ਆ ਜਦੋਂ ਦਾ ਨੀਰੂ ਬਣਿਆ ਸਾਲੀ ਆਪਦੀ ਇੱਜ਼ਤ ਬਚਾਉਣੀ ਔਖੀ ਹੋਈ ਪਈ ਹੈ। ਬਈ ਇੱਕ ਤਰੀਕੇ ਨਾਲ ਆਪਾਂ ਇਹ ਪ੍ਰੋਬਲਮ ਤੋਂ ਬਚ ਸਕਦੇ ਹਾਂ। ਕਿਹੜੀ ਓਏ? ਜੇ ਨੀਰੂ ਮਰ ਜਾਵੇ। ਚੱਲ ਓਏ, ਇਦੂ ਚੰਗਾ ਤਾਂ ਮੈਂ ਪਿੰਡ ਰਹਿ ਕੇ ਰਾਮੀ ਲਈ ਕਰ ਲੂੰ। ਉਹ ਸੱਚੀ ਮੁੱਚੀ ਮਰਨ ਥੋੜਾ ਨਾ ਕਹਿਣਾ, ਸੂਬੇਦਾਰ ਦੇ ਮੂਹਰੇ ਝੂਠ ਮੂਠ ਦਾ ਮਰਨ ਨੂੰ ਕਹਿਣਾ। ਉਹ ਘੱਟੋ ਘੱਟ ਉਹਨੂੰ ਇਹ ਤਾਂ ਹੋਜੂ ਕਿ ਤੂੰ ਉਹਨੂੰ ਵਿਆਹ ਤੋਂ ਮਨਾ ਨਹੀਂ ਕੀਤਾ ਜਦ ਨੀਰੂ ਨੇ ਬੱਚੀ।
देख नीरू मैं थापड़ा मारू साला नीरू दा मेरा मतलब डिप्टी वीर जी थानू तैरना तौंदा आहो बस फिर सवेरे सजरे सूबेदार दे मुरे नहर छल मार दी जमा फिट कहंदा भाई लापाली नु फोन तेनू कह कल दी छुट्टी ले लवे ओए आ जाओ रेडी आहो चल हो जा शुरू ओए फिर चल ए ले फिर मैं ना बचदी मैं नहीं बचदी मैं नहीं बचदी कटिया पति मेरे पीछे ना आए ओ की नमस्या पता गया चल मार ले मेरे पीछे ना आए मैं गई बस मैं चली हां मैं गई हाय ठंडा पानी ठंडा यार एडा चस्का भी ना होवे किसे नु तीमी दा ओ बट्टा बुट्टा मार दे बट्टे बुट्टे ना कुछ नहीं बनना जिन्ना ए हलका ना इन तो पुलिस नु लपना ओ बचा ता लिया और किन्ने जने चाहिदे बचाओ नु जेड़ा तेरे सिर दा साईया ओ दा साला बाहर खड़ा मैं ही बचाया ओ साले आप ही छाल मारनी बनिया चलो हां चल चल हाय रब्बा सुबेदार साहब छड़ दे नु आगे से बचाने नु जे मेरी नीर नु हाथ लाया ना मैं साले नु पानी विच डाल लेना मैनू ना खला एक बार तेरी भैन का खुलने की कोशिश की देख ला की हाल होया साले मेरे ना मेरा मतलब मेरे वर्ग किसी चज के बंद व्याई होंगी जेडी नहर च डुब के मरी है उसे नहर च किश्ती च बैठ के मेरे नाल चप्पू चलाना सी सॉरी चाचा जी बस करो जो होना सी हो गया ना कुछ भी नहीं होया सी अजे तक नाले तेनू वध पता मेरे नालों बैठी आईडिया लाई जांदी आ अपने हाय अल्लाह बस अल्लाह अल्लाह कहंदी अल्लाह नू प्यारी हो गई मेरी भैन हुण मेरे आग उठते लकड़ी कौन बनूगा साले तेरे तां 50 बन देणगे मेरी पग दी पूड़ी कौन कराया करू वो भी खिंच के चलो छड्डो मेरी भैन ने आ महीने दा किराया तां भरे होया ओदी जगह ते मैं रह लां फेटे मूतरे जम्मण दे साले मेरे बापू जी सही कह गए सी कि सहुरे घर जवाई ते भैन घर भाई कुत्ता हुंदा साला कहना मैं भैन की थां रह लिया करा तू भैन तक की तू तो साला भैन की गाल भी डिजर्व नहीं करता तेन तो मैं खुल के ये भी नहीं कह सकता तेरी भैन नू साले नीरू लव यू <लाँ। laughs>
हाँ बोल पाली। हाँ मिंटू। हाँ रानो मैडम कितने स्कूल क्यों नहीं आंदे? यार तू कदे मेरे बारे में पूछ ले कर के तू क्यों स्कूल आया? ओ यार दस कितने वो फोन भी नहीं चुकते पे। यार स्कूलो हट गए। क्यों? यार मेनू की पता। आ चुटकी वाला गंडबार। आ चक फिर। बस निकली तो है नहीं। ए आ ओ छोटू ओ रानो मैडम कितने ओ तो गुरुद्वारे वालों गए हैं ले हूँ ला फिर ए जोत में जाता अकल कला पर पूर है या तू सच्चा साहिब सिर्फ सवाल ले जिनकी तिशो पार पया काओ नानक करते किया बाता जो कुछ करना तुम्हाला तुसी फोन क्यों नहीं चुकते मेरा स्कूल भी बिना दसे चढ़ता तुम पता कितनी फिक्र हो गई सी मेनू तुसी ठीक है ना शुक्र पता अजीब अजीब ख्याल आ रहे सी किते तुहानू कुछ हो ना गया होवे इन्नी फिक्र है मेरी होवे क्यों ना जे मैं मुंह नहीं कहता इहदा मतलब ये थोड़ी कि मैं तुहानू पाली परसों मेरी मंगनी है मंगनी मैं ता समझदा सी कि तुसी मैनू पसंद करदे हो मैं कदों मना किता फिर ये मंगनी ये सब कुछ की है ये रिश्ता पिछले हफ्ते ही मेरी दीदी ने पक्का किता जिस इंसान नू तुसी जानदे तक नहीं उन्हां मंगनी किदां करवा सकदे हो वो मेरी दीदी दा देवर है दोनों फैमिलीज ने मिलके ये रिश्ता पक्का किता फिर मेरा की होगा पाली तुसी बहुत वधिया इंसान हो तुहानू बहुत चंगी कुड़ी मिलेगी जेड़ी चंगी कुड़ी मिली सी वो तो छड़ के जा रही है शायद किस्मत नू यही मंजूर सी जाके शगन पाओ है? ना होर हुण मैं की आखां सानू तां साला पता भी अज ही लगे भी ये काका जी भी इश्क करी बैठे ने ओए हुण करना दसो की आ बई मंगनी तरौनी पैणी आ पागल हो गया तू मंगनी हो रही आ कोई मजाक नहीं हो रहा तेरी जिंदगी दा मजाक हुण दे दी है ना बाद च रोंदा फिर अखां च कि सुन दे दे ओदा की फायदा नहीं यार वो जिथे भी मंगनी करवा रही है खुश है ते ओदी खुशी च मेरी खुशी आ देख पाली मंगनी तां रानू दी किते होर हुण होण नहीं देनी चाहे सलियां लत्तां बहाना तोड़नियां पै जाण गल सुनो मेरी जे मंगनी तड़ाउन दी गल भी कीती ना मैं सौलो थोड़े सारियां दी लत्तां तोड़ दूं ले ले ली शील्ड हुण दसो करना की है वो एक आइडिया हैगा बई जिहदे नाल रणू दी मंगनी होण लगी आ आपां ते इल्जाम ला देने को पहले ही विआह होया गुड आइडिया यार परे करू कौन ओ तू तू बनेगा दी घर वाली
ओए दफा होए ओए मैं कर उत्तर में दरबाना है तुसी सड़े हो मेनू घर वाली बना बना के किसाता क्यों सड़े हुन यारां लई इना भी नहीं कर सकदा ओए मसा मैं आ बुढ़े तो पिछा छड़ाया जे मैं 1 महीना थोड़े नाल होर रह गया ना कल नु मैं मुंडे अंदर ट्राईया मारदा फिरूं दफा हो जा सड़े होए ने सड़ा मतलब ही देखो जनानी बन जा बस यार बब्बू भाई तेनू कुछ करना पैना ओ नहीं नहीं मेतों नहीं इन्हें लोगों सामने बोलना सालिया कल नु जद हिट सिंगर बन गया स्टेज ते की गाया करेगा बहाने जे ना बना चुप करके जनानी बनू तैयार हो जा नहीं सानू बंदा भी नहीं रहन देना ओ बब्बू ओ गया ओए उठ छेती कर तैयार हो जा उठ गया आओ बब्बू ओए यार मैनू तो यही लगता थैंक यू कांग्रेचुलेशन थैंक यू साले नरमे काल दे खिच्ची परदा कुछ खाता लेने कौन दियो पीरी दिया चल बैठो वेटर पाजी ते पाबी ले कुछ खान पीन लिया ये सारे किथे चले गए जे पाली वाली दा किथे होर ब्याह हो गया ना ये सारी उम्र लाण ता पाउणगे मैनू चल 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 अब एक और ला लूं खड़ा ओ साला जिन्नी सेवा हो रही है मेरा तो जी करता मंगनी तोड़न नु रहनी दईए बकवास ना मार छेती डपला आही लगदा रोक 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 बिठाया तो बंदा सी विच बुढ़ी कितों आ गई बड़ी में लेने ने अब दे पैसे फड़ ते तुरदा बन आला फड़ कोई नहीं जी बस की कर सकदा बन निबड़ गई रस्मा जी किथे अज तक रस्मा होनिया ने ओ हाय मैं लुटी गई रोक दुए मंगनी ए बंदा पहला मेरे नाल ब्याह होया सी मैं दे बच्चे दी मां बन वालिया रोक दो ए मंगनी की बकवास कर रही है तू मैं बकवास नहीं कर रही मैं सच बोल रही हां एदे नाल ब्याही है तू दादा सुन ओ मेनू लगया जी मंगनी हो रही है मैं सच्ची सॉरी हां जी ਇੰਨਾ ਤਾਂ ਬਾਬਾ ਜਿਉਂਦੇ ਜੀ ਬਦਨਾਮ ਨਹੀਂ ਹੋਇਆ ਜਿੰਨਾ ਤੂੰ ਮਰਨ ਤੋਂ ਬਾਅਦ ਕਰਤਾ ਅੱਜ ਬਾਬੇ ਤੋਂ ਪਹਿਲਾਂ ਤੈਨੂੰ ਫੂਕਾਂਗੇ ਸਵਾਲ ਦੇ ਦੱਸ ਦਾ ਦੇ ਦੋ ਉਸਮਾਨ ਦੇ ਪੈਸੇ ਮੈਨੂੰ ਪੱਕਾ ਪਤਾ ਵੀ ਇੱਕ ਦਿਨ ਵੱਡਾ ਐਕਟਰ ਬਣੂ ਤੇ ਦੁਨੀਆ ਇਹਦੇ ਪਿੱਛੇ ਪਿੱਛੇ ਹੋ ਮੇਰਾ ਮੁੰਡਾ ਜਨਾਨੀ ਬਣਿਆ ਸਾਰਿਆਂ ਦੇ ਅੱਗੇ ਅੱਗੇ ਸੀ ਉਹ ਵਧਾਈ ਹੋਏ ਤੇਰਾ ਮੁੰਡੇ ਦਾ ਕਿਸੇ ਦੇ ਬੱਚੇ ਦੀ ਮਾਂ ਬਣਨ ਵਾਲਾ ਕੀ ਪਕਾਈ ਮਾਰਦਾ ਮੈਂ ਅੱਗੇ ਦਿਲ ਦਾ ਮਰੀਜ਼ ਹੈ ਕਾਹਦੀਆਂ ਵਧਾਈਆਂ ਇਸੇ ਕਰਕੇ ਤਾਂ ਲੋਕੀ ਉਹਦੇ ਪਿੱਛੇ ਭੱਜ ਰਹੇ ਨੇ ਉਹਨੂੰ ਕੁੱਟਣ ਲਈ ਟਾਪਾ ਤਾਂ ਸਾਲੇ ਤਾਂ ਮੈਂ ਚਾੜੂ ਸਾਲੇ ਦੇ ਸ਼ਹਿਰ ਜਾ ਮੇਰੇ ਨਾਲ ਓ ਮਾਸ
ਔਰ ਰੁਕ ਜਾ ਓਏ ਇਹ ਮੰਗਣੀ ਨਹੀਂ ਹੋ ਸਕਦੀ ਇਹ ਮੁੰਡਾ ਮੇਰੀ ਭੈਣ ਨਾਲ ਵਿਆਹ ਹੋਇਆ ਓਏ ਕੌਣ ਹੋ ਤੁਸੀਂ ਉਹ ਮੇਰੇ ਨਾਲ ਵਿਆਹ ਹੋਇਆ ਜੀ ਸਾਲਿਆ ਪਕੌੜੇ ਕੱਢ ਕੇ ਬੋਲ ਪਾ ਮੈਂ ਨਹੀਂ ਇਹਨਾਂ ਨੂੰ ਜਾਣਦਾ ਨਾ ਮੇਰੇ ਸਿਰ ਦੇ ਸਾਈਆਂ ਇੰਜ ਨਾ ਕਰ ਤੂੰ ਕਿਵੇਂ ਭੁੱਲ ਸਕਦਾ ਉਹ ਪਲ ਜਿਹੜੇ ਮੇਰੇ ਨਾਲ ਬਿਤਾਏ ਸੀ ਕਿਹੜੇ ਪਲ ਕਿਹੜਾ ਵਿਆਹ ਕੀ ਪਕਾਈ ਮਰੀ ਜਾਂਦੀ ਹੈ ਇੰਨਾ ਕਹਿਰ ਨਾ ਗੁਜ਼ਾਰ ਜ਼ਾਲਮਾ ਤੇਰੇ ਸਿਰ ਨਾਲ ਵਿਆਹੀ ਹੋਈ ਆ ਮੁੰਡਾ ਤਾਂ ਪਹਿਲੀ ਵਿਆਹ ਹੋਇਆ ਹੋਇਆ ਓਏ ਉਧਰ ਕੀ ਪੰਗਾ ਪੈ ਗਿਆ ਕੀ ਕਮੀ ਸੀ ਮੇਰੇ ਵਿੱਚ ਇੱਕ ਢਿੱਡ ਚ ਧਰਨੀ ਤਾਂ ਪੈਂਦੀ ਸੀ ਨਾ ਸਾਲਿਆ ਬਹਾਨਾ ਤਾਂ ਕੋਈ ਚੱਜ ਦਾ ਲਾ ਲੈਂਦਾ ਕੀ ਗੱਲ ਹੋ ਗਈ ਇਹ ਬੰਦਾ ਕਹਿੰਦਾ ਇਹ ਮੁੰਡਾ ਇਹਦੀ ਭੈਣ ਨਾਲ ਵਿਆਹਿਆ ਆ ਹਾਂ ਬਾਈ ਉਹ ਤੇਰੀ ਸੂਬੇਦਾਰ ਜਸ ਤੂੰ ਕਿਹੜੀ ਤੇਰੀ ਭੈਣ ਨੂੰ ਵਿਆਹੀ ਆ ਇਹ ਜਿਹੜੀ ਨਾਲ ਖੜੀ ਹੈ ਪਰ ਇਹ ਤਾਂ ਇਹਦੀ ਘਰ ਵਾਲੀ ਆ ਭੈਣ ਥੋੜਾ ਉਹ ਸੂਬੇਦਾਰ ਸਾਹਿਬ ਤੁਸੀਂ ਸਾਡੇ ਪੰਗੇ 'ਚ ਨਾ ਪਵੋ ਇਹ ਮੇਰੀ ਭੈਣ ਆ ਤੇ ਤਾਂ ਘਰ ਵਾਲਾ ਉਹ ਆ ਕਦੋਂ ਤੇਰੀ ਭੈਣ ਨਾਲ ਵਿਆਹ ਮੈਂ ਹੈਲੋ ਪਾਲੀ ਹਾਂ ਬੋਲ ਮਿੰਟੂ ਮੈਡਮ ਵਾਲਾ ਮੁੰਡਾ ਤਾਂ ਪਹਿਲੇ ਹੀ ਵਿਆਹਿਆ ਹੋਇਆ ਕੀ ਆਹੋ ਇੱਕ ਜਨਾਨੀ ਖੜੀ ਬੋਲ ਰਹੀ ਹੈ ਕਿ ਮੁੰਡਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ ਮੰਗਣੀ ਟੁੱਟੀ ਲੈ ਤੇ ਤੇਰਾ ਨੰਬਰ ਲੱਗ ਜੂ हाँ हैप्पी बाजी हाँ बिल्लू बाजी वो जनानी होने होने मैरिज पैलेस बड़ी है केड़ी जनानी ओही जनानी पाई जिन्हें थोड़े से पड़े लाए सी शट अप बिल्लू ओए तेनू शर्म नहीं आती पवित्र रिश्तों का घाण करदे नू साले अपनी घरवाली नू भैण बनाई जान सूबेदार साहब तुसी समझ नहीं रहे ये मेरी भैण आ तुसी अजे होश च नहीं गए मन्या मैं अपनी नीरू दे मरन करके थोड़ा अपसैट हाँ पर इहदा मतलब ये नहीं कि मैं हिल गया ਤੇਰੀ ਸੜਾਈ ਕਿੱਥੋਂ ਆ ਗਈ ਆਹ ਮੇਰਾ ਮਤਲਬ ਆ ਗਿਆ ਮੈਨੂੰ ਕੀ ਪਤਾ ਹੁਣ ਇਹ ਕੌਣ ਹੈ ਇਹ ਮੁੰਡਾ ਮੇਰੇ ਨਾਲ ਵਿਆਹਿਆ ਹੋਇਆ ਹੈ ਨੀਰੂ ਕੌਣ ਹੋ ਤੁਸੀਂ ਮੇਰੇ ਘਰ ਵਾਲਾ ਮੋੜੋ ਹੁਣ ਇਹ ਕੌਣ ਹੈ ਇਹ ਮੇਰੀ ਨੀਰੂ ਆ ਹੁਣੇ ਤੇ ਕਹਿ ਰਹੇ ਸੀ ਮਰੀ ਹੋਈ ਹੈ ਤੈਂ ਉਹਦੀ ਗਤੀ ਕਰਾਉਣੀ ਆ ਨੀਰੂ ਤੂੰ ਬਚ ਗਈ ਸੀ ਕੀ ਤੁਸੀਂ ਨੀਰੂ ਨੀਰੂ ਲਈ ਹੈ ਮੈਂ ਜਪਜੀ ਹਾਂ ਤੇ ਇਹ ਮੇਰੇ ਘਰ ਵਾਲਾ ਪ੍ਰਾਹੁਣਾ ਤਾਂ ਪਹਿਲਾਂ ਹੀ ਦੋ ਦੋ ਲਈ ਫਿਰਦਾ ਭੈਣੇ ਉਹ ਕੌਣ ਨੀਰੂ ਤੇ ਕੌਣ ਜਪਜੀ ਪਤਾ ਨਹੀਂ ਕਿੱਥੋਂ ਆ ਗਿਆ ਹੁਣ ਇਹ ਤੇਰਾ ਵੀ ਘਰ ਵਾਲਾ ਇਹ ਕਿੱਧਰਲਾ ਮਹਾਰਾਜਾ ਪਟਿਆਲਾ ਕਿਹੜਾ ਤਿੰਨ ਤਿੰਨ ਮਗਰ ਲਈ ਫਿਰਦਾ ਪਿੰਡ ਵਾਲਿਓ ਜੇ ਆ ਮੁੰਡਾ ਤੇ ਇਹਨਾਂ ਦੋਨਾਂ ਜਨਾਨੀਆਂ ਵਿੱਚੋਂ ਕੋਈ ਵੀ ਗਲਤ ਨਿਕਲਿਆ ਨਾ ਤਾਂ ਅਸੀਂ ਪਿੰਡ ਚੋਂ ਜਾਣ ਨਹੀਂ ਦੇਣਾ ਨਾ ਕਿਵੇਂ ਹੱਥ ਲਾਉਂਗੇ ਮੈਂ ਝੂਠ ਬੋਲਦੀ ਹਾਂ ਇਹ ਮੇਰੇ ਘਰ ਵਾਲਾ ਹੈ ਕਿਆ ਝੂਠ ਬੋਲਦੀ ਹੈ ਜਿਹੜੀ ਤੇਰੇ ਤੋਂ ਪਹਿਲਾਂ ਦੀ ਖੜੀ ਹੈ ਤੁਸੀਂ ਤੂੰ ਕੀ ਲੈਣਾ ਇੱਥੇ ਚਲੀ ਜਾ ਸਾਲਿਓ ਮੈਂ ਤੁਹਾਡੇ ਕਰਕੇ ਭੱਜਿਆ ਫਿਰਦਾ ਹੁਣ ਪਿੰਡ ਵਾਲਿਆਂ ਤੋਂ ਵੀ ਮੈਂ ਕੁੱਟ ਖਾਵਾਂ ਇਹ ਮੇਰੇ ਘਰ ਵਾਲਾ ਹੈ ਤੇਰਾ ਘਰ ਵਾਲਾ ਪਾਲੀ ਆ ਬੰਦੇ ਖਾਣੀ ਹੈ ਉਹਨੂੰ ਛੱਡ ਕੇ ਇਹਨੂੰ ਮਲੱਕਣ ਨੂੰ ਫਿਰਦੀਆਂ ਮੈਂ ਮਰ ਗਿਆ ਮੈਂ ਮਨਾ ਕੀਤਾ ਸੀ ਨਾ ਤੁਹਾਨੂੰ ਤੁਸੀਂ ਫਿਰ ਵੀ ਨਹੀਂ ਟਲੇ ਉਹ ਪਾਲੀ ਚੰਗਾ ਕੀਤਾ ਤੂੰ ਆ ਗਿਆ ਇਹ ਆ ਜੀ ਨੀਰੂ ਦਾ ਸੋ ਕਾਲਡ ਘਰ ਵਾਲਾ ਪਾਲੀ ਤੁਸੀਂ ਵਿਆਹੇ ਹੋਏ ਸੀ ਹੁਣ ਕੀ ਬਿਟਰ ਬਿਟਰ ਝੱਕੀ ਜਾਂਦਾ ਦੱਸ ਕੇ ਨੀਰੂ ਤੇਰੀ ਘਰ ਵਾਲੀ ਆ ਕੀ ਅੰਕਲ ਜੀ ਇੱਧਰ ਵੀ ਜਾ ਸਕਦੀ ਹੈ ਅੱਛਾ ਆਜੋ ਆਜੋ ਚਲੋ 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 ਭਾਈ ਚਾਚਾ ਜੀ ਕੀ ਹੋਇਆ ਮੈਨੂੰ ਪੁੱਛ ਲਿਆ ਕੀ ਹੋਇਆ ਮੈਨੂੰ ਕੁਛ ਨਹੀਂ ਹੋਇਆ ਪੁੱਛ ਇਹਨੂੰ ਜਿਹਦਾ ਦਿਮਾਗ ਖਰਾਬ ਹੋਇਆ ਜਸ ਤੂੰ ਇੱਥੇ ਲੋਕੀ ਭੈਣਾਂ ਤੋਂ ਖਹਿੜੇ ਖਿਡਾਉਂਦੇ ਆ ਵੱਡਾ ਦੁੱਲਾ ਭੱਠੀ ਭੈਣ ਬਣਾਉਣ ਲੱਗਿਆ ਨੀਰੂ ਭਾਬੀ ਤੁਸੀਂ ਜਿਉਂਦੇ ਹੋ ਕੀ ਤੁਸੀਂ ਨੀਰੂ ਨੀਰੂ ਲਈ ਹੈ ਪੰਜਾਬੀ ਫਿਲਮਾਂ ਘੱਟ ਦੇਖਿਆ ਕਰੋ ਮੈਂ ਜਪਜੀ ਹਾਂ ਜਪਜੀ ਬੜਾ ਹਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਆ ਉਹਨੂੰ ਵੀ ਤਾਂ ਪੰਜਾਬੀ ਫਿਲਮਾਂ ਦੀ ਮਿੱਟੀ ਬਾਜਾ ਮਾਰਦੀ ਆ ਓਏ ਹੋਏ ਤੁਸੀਂ ਆਪਣੇ ਜਪ ਬਾਅਦ 'ਚ ਪਾ ਲਿਓ ਪਹਿਲਾਂ ਮੁੰਡੇ ਨੂੰ ਨਿਬੇੜੋ ਹਾਂ ਤੂੰ ਪਹਿਲਾਂ ਆਇਆ ਸੀ ਤੂੰ ਬੋਲ ਬੋਲਿਆ ਤਾਂ ਹੈ ਉਹ ਮੇਰੀ ਭੈਣ ਨਾਲ ਵਿਆਹ ਹੋਇਆ ਭੈਣ ਉਹ ਵੀ ਤੇਰੀ ਆ ਖੜੀ ਹੈ ਇਹ ਤਾਂ ਬੱਬੂ ਦੀ ਭੈਣ ਹੈ ਇਹ ਮੇਰੀ ਘਰ ਵਾਲੀ ਨਹੀਂ ਮੇਰੀ
ਭੈਣ ਉਹ ਕਿਹੜੀ ਤੇਰੀ ਮਾਂ ਦਾਜ ਤੇਰੀ ਇਹ ਭੈਣ ਲਿਆਈ ਬਾਪੂ ਤੂੰ ਇੱਥੇ ਬਾਪੂ ਆ ਜਾ ਬਾਪੂ ਜੀ ਮੇਰੀ ਗੱਲ ਤਾਂ ਸੁਣੋ ਆਪਾਂ ਇਹ ਕੁੜੀ ਦਾ ਘਰ ਬਚਾਉਣਾ ਉਹ ਸ਼ਰਮ ਕਰ ਸਾਲੇ ਲੀਡਰਾਂ ਕੋ ਕਿੰਨੇ ਕੁ ਬਿਆਨ ਬਦਲੇਗਾ ਕਦੇ ਇਹਨੂੰ ਘਰ ਵਾਲੀ ਬਣਾਉਣਾ ਕਦੇ ਭੈਣ ਤੇ ਕਦੇ ਕੁੜੀ ਜਿੰਨੇ ਕਿ ਜਨਾਨੀਆਂ ਨਾਲ ਰਿਸ਼ਤੇ ਬਣਦੇ ਹੁੰਦੇ ਆ ਸਾਲੇ ਸਾਰੇ ਢੱਗਣਾ ਤੇ ਉਹ ਤੂੰ ਇਹਦੇ ਨਾਲ ਆਪਣੇ ਪਿਓ ਨਾਲ ਗੱਲ ਕਰ ਉਹ ਗੱਲ ਸੁਣ ਇਹਦੇ ਨਾਲ ਮੇਰਾ ਮੁੰਡਾ ਵੀ ਸ਼ਹਿਰ ਆਇਆ ਇਹਨੂੰ ਪੁੱਛ ਉਹ ਕਿੱਥੇ ਆ ਉਹ ਅੰਕਲ ਜੀ ਤੁਸੀਂ ਸਬਰ ਰੱਖੋ ਸਾਰੇ ਇੱਥੇ ਹੀ ਮਿਲ ਜਾਣੇ ਆ ਮੇਰਾ ਮੁੰਡਾ ਵੇਖਿਆ ਜਨਾਨੀ ਹੁਣ ਤੂੰ ਯਾਰ ਆਪਣਾ ਜੱਬ ਪਾ ਕੇ ਬਹਿ ਜਾ ਵਿੱਚ ਤੂੰ ਹੈ ਕੌਣ ਮੈਂ ਇਹਦੇ ਨਾਲ ਆਇਆ ਤੇ ਤੂੰ ਕੌਣ ਮੈਂ ਇਹਦੇ ਨਾਲ ਆਇਆ ਤੁਸੀਂ ਬੰਦੇ ਕੋ ਭੇਡਾਂ ਜਿਹੜੀਆਂ ਇੱਕ ਦੂਜੇ ਦੇ ਮਗਰ ਲੱਗ ਕੇ ਆ ਗਈਆਂ ਤੁਹਾਨੂੰ ਸੱਦਿਆ ਕੀ ਨੇ ਇੱਥੇ ਸੂਬੇਦਾਰ ਸਾਹਿਬ ਉਹ ਮੇਰੇ ਬਾਪੂ ਜੀ ਨੇ ਉਹ ਤੂੰ ਤਾਂ ਯਾਰ ਚੁੱਪ ਹੀ ਰਹਿ ਤੇਰਾ ਤਾਂ ਮੈਂ ਸੱਤ ਜਨਮ ਵਿਸ਼ਵਾਸ ਨਾ ਕਰਾਂ ਸਾਲਾ ਜਨਾਨੀ ਵਾਲੇ ਰਿਸ਼ਤੇ ਮੋਗੇ ਹੁਣ ਤੂੰ ਬੰਦਿਆਂ ਨੂੰ ਤੁਰ ਪਿਆ ਮੇਰਾ ਯਕੀਨ ਕਰੋ ਜੀ ਉਹ ਮੇਰੇ ਬਾਪੂ ਜੀ ਨੇ ਦੋਵੇਂ ਨਹੀਂ ਜੀ ਇਹ ਉਹ ਨੀਰੂ ਦੇ ਪਾਪਾ ਉਹ ਸਾਲੇ ਉਹ ਕਿਹਦਾ ਪਿਓ ਬਣਾਈ ਜਾਂਦੇ ਹੋ ਮੈਨੂੰ ਡੈਡੀ ਡੈਡੀ ਜੀ ਫੁੱਟ ਵਿਸ਼ ਕਰਦਾ ਜੀ ਦੇਖਦੇ ਕੀ ਉਹ ਜੱਫੀ ਪਾਓ ਸਾਰਾ ਸਾਹਿਬ ਤਾਂ ਉਹ ਆਸ਼ੀਰਵਾਦ ਹੀ ਕਰੋ ਮਿਲਣ ਲਈ ਲੱਗਦਾ ਆਪਣੀ ਧੀ ਦੇਣ ਲੱਗਿਆ ਮੈਨੂੰ ਮੈਂ ਆਪਣੀ ਧੀ ਦੇਣ ਨਹੀਂ ਲੱਗਿਆ ਜੀ ਅਲਬਤਾ ਤੁਹਾਡੀ ਧੀ ਮੈਂ ਲੈਣ ਲੱਗਿਆ ਉਹ ਕਿਹੜੀ ਤੇਰੀ ਮਾਂ ਨੇ ਧੀ ਜੰਮਤੀ ਮੇਰੀ ਆਓ ਜੰਮਤੀ ਧੀ ਨੀਰੂ ਨੀਰੂ ਹਾਂ ਦੀਦੀ ਮੈਨੂੰ ਚੱਕਰ ਆ ਰਿਹਾ ਉਹ ਨੀਰੂ ਬੋਲ ਹੁਣ ਕੀ ਜੱਪ ਆਇਆ ਮੈਂ ਜੱਪ ਜੀ ਹਾਂ ਨੀਰੂ ਮਰ ਚੁੱਕੀ ਹੈ ਜਿੰਨਾ ਤੂੰ ਮੈਨੂੰ ਸਤਾਇਆ ਅੱਜ ਮੈਂ ਜੱਪ ਜੀ ਵੀ ਮਾਰ ਦੇਣੀ ਹੈ ਜੱਪ ਜੀ ਵੀ ਮਾਰ ਦੇਣੀ ਹੈ ਜੱਪ ਜੀ ਵੀ ਮਾਰ ਹੀ ਤਾਂ ਮੇਰਾ ਮੁੰਡਾ ਮਾਰ ਦੇ ਮਾਰ ਦੇ ਮਾਰ ਦੇ ਹੈ ਮਾਰ ਦੇ ਉਹ ਆ ਜੋ ਓਏ ਆ ਲੁਕੀ ਫਿਰਦੀ ਆ ਖੜ ਜਾ ਪਹਿਲਾਂ ਚਾਚੀ ਫੈਂਟਦੀ ਹੈ ਆਓ ਨਾ ਆਓ ਹੁਣ ਆ ਜਾਓ ਬਾਈ ਗੁੰਡੇ ਲਈ ਫਿਰਦੀ ਹੈ ਨਾਲ ਉਹ ਡਰਿਓ ਨਾ ਅੱਜ ਕੱਲਾ ਕੱਲਾ ਫੈਂਟ ਦੇਣਾ ਸਵੀਟੀ ਸ਼ਰਮਗਾਹ ਤੇ ਤੋਂ ਵੱਧ ਗੁੰਡੇ ਤਾਂ ਉਹ ਲਈ ਫਿਰਦੀ ਹੈ ਤੁਸੀਂ ਸਾਰੇ ਉੱਥੇ ਮੰਗਣੀ ਤੁੜਾਉਣਾ ਹੋ ਨਾ ਹੋਰ ਇੱਥੇ ਮੈਂ ਫੈਂਸੀ ਡਰੈਸ ਕੰਪੀਟੀਸ਼ਨ ਚ ਆਇਆ ਜਿਹਨਾਂ ਕੋਲ ਤੁਹਾਡੇ ਵਰਗੇ ਯਾਰ ਹੋਣ ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਆ ਮੇਰੇ ਦੋਸਤ ਨੇ ਮੇਰੀ ਮੰਗਣੀ ਤੁੜਾਉਣ ਕਿਉਂ ਆਏ ਸੀ ਤੁਸੀਂ ਲੈ ਕੇ ਆਏ ਹੋ ਨਾ ਪਾਲੀ ਜੇ ਸਾਡਾ ਰਿਸ਼ਤਾ ਨਹੀਂ ਹੋ ਸਕਿਆ ਤੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਬਦਲਾ ਲਓਗੇ ਦੀਦੀ ਤੁਸੀਂ ਠੀਕ ਸੀ ਤੁਹਾਡੀ ਗੱਲ ਮੰਨ ਕੇ ਮੈਂ ਕਿੱਥੇ ਹੋਰ ਰਿਸ਼ਤਾ ਕਰ ਲਿਆ ਤੁਹਾਡੇ ਨਾਲ ਵਿਆਹ ਕਰਾ ਕੇ ਤਾਂ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਨਾ ਲੋਕਾਂ ਨੂੰ ਨਹੀਂ ਜਾਣਦਾ 420 ਆ ਸਾਰੇ ਬਹੁਤ ਵੱਡਾ ਫਰੌਡ ਨਿਕਲਿਆ ਤੂੰ ਦੀਦੀ ਮੈਨੂੰ ਇੱਥੋਂ ਲੈ ਚਲੋ ਪਲੀਜ਼ ਇੱਕ ਮਿੰਟ ਰਾਣੋ ਇਹ ਵਿਆਹਿਆ ਨਹੀਂ ਹੋਇਆ ਇਹ ਸੱਚ ਕਹਿ ਰਿਹਾ ਰਾਣੋ ਪਾਲੀ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ ਨਹੀਂ ਮੈਂ ਡਿਪਟੀ ਹਾਂ ਨੀਰੂ ਵੀ ਮੈਂ ਹੀ ਹਾਂ ਤੇ ਜਪਜੀ ਵੀ ਮੈਂ ਹੀ ਹਾਂ ਕੀ ਹੋਇਆ ਪਿੱਛੇ ਹਟ ਜਾਓ ਹੋਰ ਤੁਸੀਂ ਮੈਨੂੰ ਸਾਰੀਆਂ ਜਨਾਨੀਆਂ ਬਿਓਰ ਕੇ ਲੱਗਦੀਆਂ
ते मैं भी पिंकी नहीं बब्बू हाँ। रणो तेरी मंगनी तड़ाउण दा प्लान साडा सी। तेरी मंगनी दी खबर सुन के ये तो घरे दिल सुटी बैठा सी। जे अज असीं नूं ना पुछदे तां इह सानूं कदे ना दसदा कि दिल च की दर्द लुकोई बैठा। ये तेनूं सच्चा प्यार करदा तां ही तां साडे जमीर जागे ने, नहीं तां कदे आप असीं 10 बजे तों पहलां नहीं जागे। सारी गलती साडी सी, इहदा कोई कसूर नहीं सी। इहदा कसूर सिर्फ इन्ना सी कि इहने तेनूं सच्चे दिलों प्यार कीता ते तेनूं ही अपना सब कुछ मन्निया। अज दा सब कुछ इह तों दूर जा रिहा। राणो मैं गलत सी, चंगा फ्यूचर देने वाले तो बहुत मुंडे मिल जाते हैं, पर सच्चा प्यार करने वाला तो किसी किसी नूं मिलता है। जिहड़ा मुंडा तेरी खुशी लई अपनी सारियां खुशियां छड़ के इत्थों दूर जा रहा सी, वह तैनूं किन्ना क प्यार करता हो। जिहड़ी गलती मेरे तो होई सी वह हुण तू सुधार लै। पाली 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 तां चला गया रानू, जा मेरे बच्चे उन्हें रोक ले। हाँ रानू रोक ले पाली नू। रानू पाली सब होने तो बाद भी तुसी जा रहे सी। मैनू पता मैं गलत हाँ, ना ही मैं अपने दिल की गल अपने दोस्तों नू दसता ते ना ही सब कुछ हुंदा। जे ना दसते ते शायद अपा हमेशा ले दूर हो जांदे। मैं तो हमेशा ही तुहाडे नाल रहना चाहुंदा सी। पाली मैनू माफ कर दो, मैं तुहानू पछाण ही ना सकी। मेरे दिल विच भी बहुत कुछ सी, बस कह ही ना सकी। अज तुहाडे सच्चे प्यार ते अगे दीदी दी जिद वी हार गई। सच्ची मुच्ची मैं भी तुहानूं बहुत पसंद करती हां। ले जे तुहाडी दीदी पहलां मन जांदी तां मंगणी दा 1-1.5 लाख रुपया बच जाणा सी। तुसी पागल हो, तुसी कीता जी। सॉरी सूबेदार साहब, असी किराए का मकान लैण लई जनानिया बन के थोड़ा दिल दुखाया। इहदे नाल तां चंगा मैं फौज च शहीद हो जांदा। चल जी उत्थे शहीद नहीं होया सी ते अज दी लड़ाई च डांग खा के मर जांदा ते घट्टो घट तेरी सच्चाई तां मेरे सामने आउंदी। चलो कोई ना, तुसी इह समझो भी थोड़ी नीरू मर चुकी है, हुण रहिंदी बाकी दी जिंदगी, तुसी उहदियां यादां सहारे जीणा। साले जिद्दां दीआं तेरीआं गंदीआं यादां ने मेरा इक दिन भी जीण नूं जी नहीं करना। ਉਧਰ ਘਰ ਵੜਦਿਆਂ ਨੂੰ ਚਵਾਰਾ ਮੂੰਹ ਚੜਾਓ, ਮੈਨੂੰ ਸਮਝ ਨਹੀਂ ਆਉਂਦੀ ਸੂਬੇਦਾਰ ਕਿਰਪਾਲ ਸਿੰਘ ਗਿੱਲ ਜਾਊ ਤੇ ਕਿੱਧਰ ਨੂੰ ਜਾਊ। ਸੂਬੇਦਾਰ ਸਾਹਿਬ ਦਿਲ ਛੋਟਾ ਨਾ ਕਰੋ, ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸੰਭਾਲ ਨਹੀਂ ਲੈਂਦੇ ਨਾ, ਮੈਂ ਪ੍ਰੋਮਿਸ ਕਰਦਾ ਮੈਂ ਜਨਾਨੀ ਬਣ ਕੇ ਹਰ ਰੋਜ਼ 1 ਘੰਟਾ ਤੁਹਾਡੇ ਨਾਲ ਗੱਲਾਂ ਮਾਰਨ ਆਇਆ ਕਰੂੰ। ਸਾਲਿਆ ਜੇ ਤੂੰ ਹੁਣ ਜਨਾਨੀ ਬਣ ਕੇ ਮੇਰੇ ਨੇੜੇ ਤੇੜੇ ਵੀ ਫਟ ਗਿਆ ਨਾ, ਮੈਂ ਇਹ ਭੁੱਲ ਜੂੰਗਾ ਵੀ ਤੂੰ ਬੰਦਾ। ਓਏ 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 ਪੁੱਜ ਹਿਲ ਗਿਆ ਪੁੱਜ ਹਿਲ ਗਿਆ ਪੁੱਜ